ਸਵਾਗਤ ਹੈ ਪੀਟੀਸੀ ਨਿਊਜ਼ ਸੋ ਵਿੱਚ ਸਾਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਸ ਦੇਖ ਰਿਹਾ ਕਿ ਈਆਈ ਵਾਇਰਜ਼ਨਟ ਕੇਬਲ ਵਿਚਾਰ ਤਕਰਾਰ ਇੱਕ ਅਹਿਮ ਮੁੱਦੇ ਤੇ ਵਿਚਾਰ ਚਰਚਾ ਲੈ ਕੇ ਹਾਜ਼ਰਾਂ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਆਏ ਦਿਨ ਕੁਝ ਨਾ ਕੁਝ ਨਵਾਂ ਹੁੰਦਾ ਹੈ ਇੱਕ ਹੋਰ ਇੱਕ ਅਹਿਮ ਮੁੱਦਾ ਇਸੇ ਕੜੀ ਦੇ ਵਿੱਚ ਜੁੜਦਾ ਹੋਇਆ ਜੋ 26 ਜਨਵਰੀ ਨੂੰ ਹਾਲਾਤ ਦਿੱਲੀ ਦੇ ਵਿੱਚ ਬਣੇ ਸੀਗੇ ਲਾਲ ਕਿਲੇ ਤੇ ਬਣੇ ਸੀਗੇ ਉਹਨਾਂ ਹਾਲਾਤਾਂ ਤੋਂ ਬਾਅਦ ਕੁਝ ਲੋਕਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਕੁਝ ਲੋਕਾਂ ਨੂੰ ਇਹ ਕਿਹਾ ਗਿਆ ਕਿ ਇਹ ਭੱਜ ਗਏ ਜੀ ਇਹਨਾਂ ਤੇ ਲਈ ਇਨਾਮ ਤੱਕ ਜਾਰੀ ਕੀਤੇ ਗਏ ਕਿ ਲੱਖ ਰੁਪਏ ਨਾਮ ਦਿੱਤਾ ਜਾਏਗਾ ਜੇਕਰ ਕੋਈ ਇਨਫੋਰਮੇਸ਼ਨ ਦਿੰਦਾ ਕੋਈ ਜਾਣਕਾਰੀ ਦਿੰਦਾ ਅਜੇ ਦੇ ਵਿੱਚ ਦੀਪ ਸਿੱਧੂ ਗ੍ਰਫਤਾਰ ਹੋ ਗਿਆ ਦਿੱਲੀ ਪੁਲਿਸ ਦਾਵਾ ਕਰਦੀ ਹੈ ਕਿ ਦੀਪ ਸਿੱਧੂ ਦੋ ਤਿੰਨ ਦਾਅਵੇ ਦਿੱਲੀ ਪੁਲਿਸ ਨੇ ਕੀਤੇ ਨੇ ਉਹ ਤੁਹਾਨੂੰ ਦੱਸਿਏ ਕੀ ਕਹਿੰਦੀ ਹੈ ਦਿੱਲੀ ਪੁਲਿਸ ਕਹਿੰਦੀ ਹੈ ਕਿ ਦੀਪ ਸਿੱਧੂ ਫਰਾਰ ਹੋਣ ਦੀ ਤਾਕ ਦੇ ਵਿੱਚ ਸੀਗਾ ਜਦੋਂ ਅਸੀਂ ਉਸ ਨੂੰ ਗ੍ਰਫਤਾਰ ਕੀਤਾ ਇਹ ਦਿੱਲੀ ਪੁਲਿਸ ਦਾ ਦਾਵਾ ਹੈ ਦੂਜਾ ਦਾਵਾ ਦਿੱਲੀ ਪੁਲਿਸ ਕਰਦੀ ਹੈ ਕਿ ਦੀਪ ਸਿੱਧੂ ਨੇ ਜਿੰਨੀਆਂ ਆਪਣੀਆਂ ਵੀਡੀਓਜ਼ ਅਪਲੋਡ ਕੀਤੀਆਂ ਨੇ 26 ਤੋਂ ਬਾਅਦ ਦੀਆਂ ਉਹ ਸਾਰੀਆਂ ਵੀਡੀਓਜ਼ ਜਿਹੜੀਆਂ ਯੂਐਸ ਤੋਂ ਅਪਲੋਡ ਹੋਈਆਂ ਨੇ ਇਥੋਂ ਅਪਲੋਡ ਨਹੀਂ ਹੋਈਆਂ ਇਸ ਕਰਕੇ ਸਾਨੂੰ ਜਾਣਕਾਰੀ ਨਹੀਂ ਮਿਲ ਪਾ ਰਹੀ ਸੀ ਸੀ ਆਈ ਪੀ ਐਡਰੈਸ ਟਰੈਕ ਨਹੀਂ ਕਰ ਪਾ ਰਹੇ ਸੀ ਕਿ ਦੀਪ ਸਿੱਧੂ ਕਿੱਥੋਂ ਫੜਿਆ ਜਾ ਸਕਦਾ ਜੀ ਦੀਪ ਸਿੱਧੂ ਕਿੱਥੇ ਹੈ ਇਸ ਤੋਂ ਇਲਾਵਾ 7 ਦਿਨ ਦਾ ਪੁਲਿਸ ਰਿਮਾਨ ਪੁਲਿਸ ਨੇ ਹਾਸਲ ਕਰ ਲਿਆ ਹੈ ਦੀਪ ਸਿੱਧੂ ਦਾ ਹੁਣ ਵੱਡਾ ਸਵਾਲ ਇਹ ਖੜਾ ਹੁੰਦਾ ਅੱਜ ਦੀ ਵਿਚਾਰ ਚਰਚਾ ਬੜੀ ਗੰਭੀਰ ਇਹ ਵਿਚਾਰ ਚਰਚਾ ਇੱਕ ਸਿਆਣਾ ਪੈਨਲ ਸਾਡੇ ਨਾਲ ਹੈਗਾ ਔਰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦੱਸ ਦਵਾਂ ਇਸ ਪੈਨਲ ਦੇ ਨੇ ਵਿਚਾਰ ਹੋਣਗੇ ਉਹਨਾਂ ਦੇ ਆਪਣੇ ਨਿੱਜੀ ਵਿਚਾਰ ਹੋਣਗੇ ਕਿਉਂਕਿ ਇੱਕ ਬੜਾ ਗੰਭੀਰ ਮੁੱਦਾ ਹੈਗਾ ਜਿਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਨੇ ਧਾਰਨਾਵਾਂ ਬਦਲ ਗਈਆਂ ਨੇ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਜਦੋਂ ਵੀ ਕੁਝ ਵੱਡਾ ਕੰਮ ਹੁੰਦਾ ਤਾਂ ਲੋਕਾਂ ਦੀਆਂ ਜਿਹੜੀਆਂ ਧਾਰਨਾਵਾਂ ਬਣੀਆਂ ਹੁੰਦੀਆਂ ਨੇ ਉਹ ਬਦਲ ਜਾਂਦੀਆਂ ਨੇ ਤੁਹਾਨੂੰ ਸਹਿਜੇ ਯਾਦ ਹੋਣਾ ਚੰਗੀ ਤਰ੍ਹਾਂ ਯਾਦ ਹੋਣਾ ਕਿ ਜਦੋਂ 26 ਜਨਵਰੀ ਨੂੰ ਲਾਲ ਕਿਲੇ ਤੇ ਇਹ ਸਾਰੀ ਘਟਨਾਕਰਮ ਹੁੰਦਾ ਉਸ ਤੋਂ ਬਾਅਦ ਇੱਕ ਇੱਕ ਧਾਰਨਾ ਇਹ ਬਣਾਈ ਗਈ ਕਿ ਦੀਪ ਸਿੱਧੂ ਔਰੀ ਲੱਖਾ ਸਦਾਣਾ ਜਾਂ ਹੋਰ ਜਿਹੜੇ ਨੇ ਉਹਨਾਂ ਨੇ ਸਾਰਾ ਸੰਘਰਸ਼ ਖਰਾਬ ਕਰ ਦਿੱਤਾ ਸਰਕਾਰ ਦੇ ਕੋਲ ਗੱਲ ਮਿਲ ਗਈ ਸਰਕਾਰ ਨੂੰ ਕੀ ਦੇਖੋ ਜੀ ਤੁਸੀਂ ਹਿੰਸਕ ਕਰ ਰਹੇ ਹੋ ਤੁਸੀਂ ਸਾਡੇ ਨਾਲ ਵਾਅਦਾ ਖਲਫੀ ਕੀਤੀ ਤੁਹਾਡਾ ਵਾਅਦਾ ਕੁਝ ਹੋਰ ਸੀਗਾ ਹੁਣ ਕੁਝ ਹੋਰ ਕਰ ਰਹੇ ਹੋ ਜਿਵੇਂ ਜਿਵੇਂ ਸਮਾਂ ਬੀਤਿਆ ਲੋਕਾਂ ਦੀ ਧਾਰਨਾ ਥੋੜੀ ਜਿਹੀ ਟਿਲਟ ਹੁੰਦੀ ਗਈ ਕੁਝ ਲੋਕ ਕਹਿੰਦੇ ਰਹੇ ਕਿ ਨਹੀਂ ਦੀਪ ਸਿੱਧੂ ਠੀਕ ਬੋਲ ਰਿਹਾ ਲੱਖਾ ਸਦਾਨਾ ਠੀਕ ਬੋਲ ਰਿਹਾ ਜੋ ਕੰਮ ਕੀਤਾ ਉਹ ਠੀਕ ਹੈ ਲਾਲ ਕਿਲਾ ਆਪਣੀ ਸੀ ਜੇ ਉੱਥੇ ਨਿਸ਼ਾਨ ਸਾਹਿਬ ਝੁਲਾ ਵੀ ਦਿੱਤਾ ਤੇ ਐਡਾ ਕਿਹੜਾ ਜੁਰਮ ਹੋ ਗਿਆ ਕਿ ਤੁਸੀਂ ਦੇਸ਼ ਧਰੋਹ ਦੇ ਮੁਕਦਮੇ ਦਰਜ ਕਰਨ ਲੱਗ ਜਾਓ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਰਹੀਆਂ ਔਰ ਇਹ ਸਭ ਕੁਝ ਅੰਦੋਲਨ ਦੇ ਤੌਰ 'ਤੇ ਤੁਰੰਤ ਚੱਲ ਰਿਹਾ ਪਰ ਸਾਨੂੰ ਇੱਕ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਸਾਡਾ ਫੋਕਸ ਕਿੱਥੇ ਰਹਿਣਾ ਚਾਹੀਦਾ ਸਾਡਾ ਕੇਂਦਰ ਬਿੰਦੂ ਕੀ ਹੋਣਾ ਚਾਹੀਦਾ ਸਾਡਾ ਕੇਂਦਰ ਬਿੰਦੂ ਹੋਣਾ ਚਾਹੀਦਾ ਸੰਘਰਸ਼ ਕੇਂਦਰ ਬਿੰਦੂ ਹੋਣਾ ਚਾਹੀਦਾ ਕਿਸਾਨੀ ਅੰਦ ਤਾ ਅੱਜ ਵੀ ਜਿਹੜੇ ਕਿਸਾਨ ਬੈਠੇ ਨੇ ਉਹਨਾਂ ਦਾ ਕੇਂਦਰ ਬਿੰਦੂ ਇਹੀ ਹੈ ਕਿ ਕਿਸਾਨੀ ਕਾਨੂੰਨ ਜਿਹੜੇ ਵਾਪਸ ਕੀਤੇ ਜਾਣ ਇਸੇ ਤੇ ਵਿਚਾਰ ਚਰਚਾ ਲੈ ਕੇ ਹਾਜ਼ਰ ਹੋਏ ਆਂ ਔਰ ਇੱਕ ਵੱਡਾ ਸਵਾਲ ਅਸੀਂ ਜ਼ਰੂਰ ਚੁੱਕ ਰਹੇ ਆਂ ਕਿ ਨਿਸ਼ਾਨ ਸਾਹਿਬ ਜਿੱਦੀ ਗੱਲ ਕੀਤੀ ਜਾਂਦੀ ਹੈ ਕਿ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਚੁਲਾਇਆ ਗਿਆ ਜੇ ਨਿਸ਼ਾਨ ਸਾਹਿਬ ਵਾਕਈ ਚੁਲਾਇਆ ਗਿਆ ਸੀਗਾ ਉਦੋਂ ਦੇਸ਼ ਧਰੋਹ ਦੇ ਮੁਕਦਮੇ ਦਰਜ ਕਰਨਾ ਜਾਇਜ਼ ਹੈ ਦੀਪ ਸਿੱਧੂ ਸਣੇ ਜਿੰਨੇ ਵੀ ਲੋਕ ਨੇ ਜਿਨ੍ਹਾਂ ਦੇ ਉੱਤੇ ਦੇਸ਼ ਧਰੋਹ ਦੇ ਮੁਕਦਮੇ ਦਰਜ ਕੀਤੇ ਜਾ ਰਹੇ ਨੇ ਕਿ ਉਹ ਕਾਨੂੰਨੀ ਭਾਸ਼ਾ ਦੇ ਵਿੱਚ ਜਾਇਜ਼ ਹੈ ਮਨੁੱਖੀ ਹੱਕਾਂ ਦੀ ਭਾਸ਼ਾ ਦੇ ਵਿੱਚ ਜਾਇਜ਼ ਹੈ ਜਾਂ ਨਹੀਂ ਜਾਇਜ਼ ਇਸ ਲਾਈਨ ਨੂੰ ਆਪਾਂ ਅੱਗੇ ਖਿੱਚਾਂਗੇ ਸਾਡਾ ਖਾਸ ਮਾਨ ਜੁੜੇ ਹੋਏ ਨੇ ਸਭ ਤੋਂ ਪਹਿਲਾਂ ਜਾਣ-ਪਛਾਣ ਕਰਾ ਦਈਏ ਡਾਕਟਰ ਪਰਲਾਲ ਗਰਕ ਸਾਹਿਬ ਮੌਜੂਦ ਨੇ ਸਾਬਕਾ ਰਜਿਸਟਰਾਰ ਨੇ ਬਾਬਾ ਫਰੀਦ ਯੂਨੀਵਰਸਿਟੀ ਦੇ ਸਮਾਤ ਟੀਵੀ ਨੇ ਨਾਲ ਹੀ ਸਾਡੇ ਨਾਲ ਚਰਨਪਾਲ ਸਿੰਘ ਬਾਗੀ ਸਾਹਿਬ ਮੌਜੂਦ ਨੇ ਸੀਨੀਅਰ ਵਕੀਲ ਨੇ ਪੰਜਾਬ ਤੇ ਹਰਨਾ ਹਾਈ ਕੋਰਟ ਦੇ ਹਰਜੀਤ ਸਿੰਘ ਗਰੇਵਲ ਸਾਹਿਬ ਚੇਅਰਮੈਨ ਨੇ ਪੰਜਾਬੀ ਕਲਚਰਲ ਕਾਉਂਸਲ ਦੇ ਪ੍ਰੋਫੈਸਰ ਅਵਿਨਾਸ਼ ਸਿੰਘ ਜੀ ਸੀਨੀਅਰ ਪੱਤਰਕਾਰ ਨੇ ਸਾਡੇ ਨਾਲ ਜੁੜੇ ਹੋਏ ਨੇ ਔਰ ਰਮਨ ਮਿਰਲ ਜੁੜੇ ਹੋਏ ਨੇ ਲਗਾਤਾਰ ਪਹਿਲੇ ਦਿਨ ਤੋਂ ਕਵਰੇਜ ਕਰ ਰਹੇ ਨੇ ਸਭ ਤੋਂ ਪਹਿਲਾਂ ਰਮਨ ਤੋਂ ਜਾਣਕਾਰੀ ਲੈ ਲੈਂਦੇ ਆ ਰਮਨ ਇੱਕ ਸਿੱਧਾ ਤੇ ਸਪਸ਼ਟ ਜਵਾਬ ਮੈਂ ਤੁਹਾਡੇ ਤੋਂ ਜ਼ਰੂਰ ਚਾਹਨਾ ਜਦੋਂ ਦੀਪ ਸਿੱਧੂ ਹਰਾਂ ਦੀ ਗ੍ਰਿਫਤਾਰੀ ਹੁੰਦੀ ਗ੍ਰਿਫਤਾਰੀ ਤੋਂ ਬਾਅਦ ਕਿਸਾਨ ਜਥੇਬੰਦੀਆਂ ਦਾ ਰਿਐਕਸ਼ਨ ਕੀ ਹੈ ਅਜੇ ਹਰਪ ਇਹ ਸਪਸ਼ਟ ਤੌਰ ਤੇ মিডিਆ ਦੇ ਸਾਹਮਣੇ ਨਹੀਂ ਆਏ ਤਾਂ ਉਹਨਾਂ ਨੇ ਜੋ ਅਸੀਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨੀ ਵਿੱਚ ਆਈ ਗੱਲ ਵੀ ਹੋਈ ਸਾਡੇ ਤੋਂ ਉਹਨਾਂ ਨੇ ਕਹਿ ਕੇ ਇਹ ਹੁਣ ਪੁਲਿਸ ਇਨਵੈਸਟੀਗੇਸ਼ਨ ਦਾ ਮਾਮਲਾ ਹੈ ਪੁਲਿਸ ਵੱਲੋਂ ਕੇਸ ਦਰਜ ਕੀਤਾ ਗਿਆ ਸੀ ਪੁਖਤਾ ਪੁਲਿਸ ਕੋਲ ਸਬੂਤ ਸਨ ਜਦੋਂ ਦੀਪ ਸਿੱਧੂ 26 ਜਨਵਰੀ ਨੂੰ ਲਾਲ ਕਿਲੇ ਦੇ ਵਿੱਚ ਹਾਜ਼ਰ ਸੀ ਉਸ ਸਮੇਂ ਉਸਨੇ ਫੇਸਬੁੱਕ ਲਾਈਵ ਹੋ ਕੇ ਜਿਹੜੀ ਅੰਦਰ ਘਟਨਾ ਕਰ ਰਾਮ ਨੂੰ ਪੂਰਾ ਦੁਨੀਆ ਦੇ ਸਾਹਮਣੇ ਰੱਖਿਆ ਸੀ ਉਹਦੇ ਜਾਂਦੇ ਦੀ ਵੀਡੀਓ ਸੀ ਤਾਂ ਪੁਲਿਸ ਨੇ ਉਸ ਦੇ ਆਧਾਰ ਤੇ ਜਿਹੜਾ ਹੈਗਾ ਉਸ ਨੂੰ ਗ੍ਰਿਫਤਾਰ ਕੀਤਾ ਸਾਡੇ ਵੱਲੋਂ ਕੋਈ ਵੀ ਸ਼ਿਕਾਇਤ ਜਿਹੜੀ ਹੈਗਾ ਉਹ ਨਹੀਂ ਦਿੱਤੀ ਸੀ ਨਾਲ ਦੀ ਨਾਲ ਇਹ ਜ਼ਰੂਰ ਕਿਹਾ ਗਿਆ ਕਿ ਅਸੀਂ ਵਾਰ-ਵਾਰ ਕਹਿੰਦੇ ਸੀ ਅੱਜ ਵੀ ਇਸ ਗੱਲ ਤੇ ਕਹਿੰਮੈਂ ਕਿ ਸਾਡਾ ਮਨੋਰਥ ਸਾਡਾ ਜਿਹੜੀ ਭਾਵਨਾ ਨਹੀਂ ਸੀ ਅਸੀਂ ਉੱਥੇ ਜਾ ਕੇ ਨਹੀਂ ਸਾਡਾ ਟਾਰਗੇਟ ਸਾਡਾ ਟਾਰਗੇਟ ਔਰ ਤੀਜਾ ਸਿਰਫ ਤੇ ਸਿਰਫ ਤਿੰਨੇ ਖੇਤੀਬਾੜੀ ਕਾਨੂੰਨ ਨੇ ਐਮਐਸਪੀ ਤੇ ਅਸੀਂ ਕਾਨੂੰਨੀ ਗਾਰੰਟੀ ਲੈਣੀ ਆ 26 ਜਨਵਰੀ ਨੂੰ ਜਦੋਂ ਗਏ ਸੀ ਅਸੀਂ ਉਸੇ ਦਿਨ ਸ਼ਾਮ ਤੱਕ ਪ੍ਰੈਸ ਕਾਨਫਰੰਸ ਕਰਕੇ ਜਾਂ ਆਪਣੇ ਆਪਣੇ ਮਾਧਿਮ ਰਾਈ ਸਾਫ ਕਰ ਦਿੱਤਾ ਸੀ ਕਿ ਦੀਪ ਸਿੱਧੂ ਨੇ ਜਿਹੜੇ ਹੈਗਾ ਨੌਜਵਾਨਾਂ ਨੂੰ ਵਰਗ ਲਾ ਕੇ ਲੈ ਗਿਆ ਇਹਦੀ ਜਾਂਚ ਹੋਣੀ ਚਾਹੀਦੀ ਐ ਅਸੀਂ ਉਸ ਦਾ ਸਮਾਜਿਕ ਬਾਈਕਾਟ ਵੀ 29 23 ਦੀ 29 ਜਨਵਰੀ ਦੀ ਜਿਹੜੀ ਪ੍ਰੈਸ ਕਾਨਫਰੰਸ ਕਰ ਦਿੱਤਾ ਕਰ ਦਿੱਤਾ ਸੀ ਤਾਂ ਹੁਣ ਅਸੀਂ ਕਹਿੰਦੇ ਆ ਕਿ ਇਹਦੀ ਜਾਂਚ ਹੋਣੀ ਚਾਹੀਦੀ ਐ ਪੜਤਾਲ ਹੋਣੀ ਚਾਹੀਦੀ ਐ ਕਿਉਂਕਿ ਜਦੋਂ ਰੂਟ ਮੈਪ ਆਤੀ ਦਿੱਤਾ ਜਾ ਰਿਹਾ ਕਿਸਾਨ ਆਗਮ ਵੱਲੋਂ ਉਸ ਸਮੇਂ ਕਮਿਸ਼ਨਰ ਆਫ ਦਿੱਲੀ ਨੇ ਸਾਫ ਕਿਹਾ ਸੀ ਕਿ 308 ਜਿਹੜੇ ਟਵਿੱਟਰ ਹੈਂਡਲ ਨੇ ਉਹ ਪਾਕਿਸਤਾਨ ਤੋਂ ਚੱਲ ਰਹੇ ਨੇ ਅੱਛਾ ਰਵਨੀਕ ਹੋਰ ਗੱਲ ਰਵਨੀਕ ਹੋਰ ਗੱਲ ਜਲਦੀ ਦੇ ਵਿੱਚ ਮੈਂ ਇਹ ਗੱਲ ਹੋਰ ਜਾਣਨਾ ਚਾਹਨਾ ਇਸ ਗ੍ਰਿਫਤਾਰੀ ਤੋਂ ਬਾਅਦ ਸੰਘਰਸ਼ ਦੇ ਉੱਤੇ ਕਿੰਨਾ ਕੋਈ ਅਸਰ ਪੈਂਦਾ ਦਿਖਾਈ ਦੇ ਰਿਹਾ ਕੋਈ ਚਰਚਾ ਛੜੀ ਹੋਈ ਹੈ ਇੱਥੇ ਕੋਈ ਗੱਲਬਾਤ ਹੋ ਰਹੀ ਹੈ ਨੌਜਵਾਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪ੍ਰਤੀਕਿਰਿਆ ਕੋਈ ਪ੍ਰਤੀਕਰਮ ਆ ਰਹੇ ਕੋਈ ਵਿਰੋਧ ਹੋ ਰਿਹਾ ਉੱਥੇ ਜਾਂ ਕੋਈ ਹੱਕ ਦੇ ਵਿੱਚ ਨਾਰੇਬਾਜ਼ੀ ਲੱਗ ਰਹੀ ਹੈ ਅਜੇ ਕੋਈ ਤਸਵੀਰਾਂ ਤਾਂ ਨਹੀਂ ਦੇਖਣ ਨੂੰ ਮਿਲ ਜੀ ਬਿਲਕੁਲ ਅਰਪਿਤ ਬਿਲਕੁਲ ਕੋਈ ਅਜਿਹੀ ਤਸਵੀਰੀ ਨਾ ਤਾਂ ਕੋਈ ਹਮਾਇਤ ਵਿੱਚ ਉਤਰਿਆ ਨਾ ਕੋਈ ਵਿਰੋਧ ਵਿੱਚ ਉਤਰਿਆ ਪੁਲਿਸ ਦੀ ਕਾਰਵਾਈ ਜਿਹੜੀ ਹੈਗੀ ਉਸ ਨੂੰ ਹਾਲਾਂਕਿ ਸਭ ਨੇ ਆਪ ਦੇ ਆਧ ਮਾਧਿਅਮ ਰਾਹੀਂ ਕਹਿੰਦੇ ਨੇ ਫੇਸਬੁੱਕ ਕਰਾਈ ਕਿਸੇ ਨੇ ਸੋਸ਼ਲ ਮੀਡੀਆ ਹੋ ਰਹੀ ਦੇਖ ਕੇ ਕੀਤਾ ਪਰ ਕੋਈ ਵੀ ਜਿਹੜੀ ਕੀ ਪ੍ਰਤੀਕਰਮ ਕੋਈ ਵੀ ਨਕਸਾਨ ਆਗੂ ਵੱਲੋਂ ਤੇ ਨਾ ਹੀ ਆਮ ਜਿਹੜੇ ਲੋਕ ਤੇ ਕਿਸਾਨ ਵੀ ਉਹਨਾਂ ਦੇ ਸਾਹਮਣੇ ਆਇਆ ਹਾਲਾਂਕਿ ਕਿਸਾਨ ਆਗੂ ਨੇ ਇੱਕ ਗੱਲ ਜ਼ਰੂਰ ਸਪਸ਼ਟ ਕਰ ਦਿੱਤੀ ਕਿ ਜਦੋਂ ਜਿਹਨੇ ਆਪ ਦੀ ਰਿਕਾਰਡਿੰਗ ਨਾਲ ਗੱਲ ਕੀਤੀ ਤਾਂ ਜਾਂਚ ਹੋਣੀ ਚਾਹੀਦੀ ਡੰਗਾਈ ਨਾਲ ਜਾਂਚ ਹੋਣੀ ਚਾਹੀਦੀ ਤਾਂ ਜੋ ਤਸਵੀਰ ਦੇਸ਼ ਦੇ ਸਾਹਮਣੇ ਆ ਜਾ ਇਤੇ ਅੰਦਰ ਜਿਹੜੇ ਦੇਸ਼ ਦੇ ਵਿੱਚ ਮਾਹੌਲ ਖਰਾਬ ਕਰ ਉਹ ਲੋਕ ਸਨ ਤਾਂ ਜੋ ਸਚਾਈ ਜਿਹੜੀ ਦੇਸ਼ ਦੇ ਸਾਹਮਣੇ ਹੋ ਜਾਵੇ ਕਿਸਾਨ ਲਗਾਤਾਰ ਸ਼ਾਂਤੀਪੂਰਕ ਤਰੀਕੇ ਨਾਲ ਇੱਥੇ ਬੈਠੇ ਰਹੇ ਨੇ ਉਹ ਬੈਠੇ ਰਹਿਣਗੇ ਉਹਨਾਂ ਦੀ ਕੋਈ ਮਾਪਾ ਹਵਨਾ ਨਹੀਂ ਸੀ ਅਸੀਂ ਉਸ ਦਿਨ ਵੀ ਕੰਡੈਮ ਕੀਤਾ ਸੀ ਅੱਜ ਵੀ ਉਸ ਕਾਰਵਾਈ ਨੂੰ ਗਲਤ ਠਹਿਰਾਉਣੇ ਆ ਹੁਣ ਪੁਲਿਸ ਨੂੰ ਆਦੀ ਨਰਪੱਖ ਕਾਰਵਾਈ ਕਰਨੀ ਚਾਹੀਦੀ ਆ ਜੇਕਰ ਦੇਸ਼ ਵਿਭੂ નિર્ਦੋਸ਼ ਹੈਗਾ ਕਿਸੇ ਮਾਮਲੇ ਦੇ ਵਿੱਚ ਉਹ ਤੇ ਗਲਤ ਕਾਰਵਾਈ ਨਹੀਂ ਹੋਣੀ ਚਾਹੀਦੀ ਜੇ ਦੋਸ਼ੀ ਹੈਗਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਇਹ ਜ਼ਰੂਰ ਕਿਸਾਨ ਆਗੂ ਆਪਣਾ ਪੱਖ ਸਾਫ਼ ਕਰ ਦਿੱਤਾ ਰਮਨ ਬਹੁਤ ਬਹੁਤ ਧੰਨਵਾਦ ਇਸ ਤमाम ਜਾਣਕਾਰੀ ਲੈ ਜ਼ਰੂਰੀ ਹੁੰਦਾ ਹੈ ਕਿ ਗਰਾਊਂਡ ਤੇ ਜੋ ਕੁਝ ਚੱਲ ਰਿਹਾ ਉਹ ਉਹ ਦਰਸ਼ਕਾਂ ਤੱਕ ਜ਼ਰੂਰ ਪਹੁੰਚੇ ਤੁਹਾਡਾ ਬਹੁਤ ਬਹੁਤ ਧੰਨਵਾਦ ਡਾਕਟਰ ਪਿਆਰਨਾਲ ਗਰਗ ਸਾਹਿਬ ਗਰਗ ਸਾਹਿਬ ਸ਼ੁਰੂਆਤ ਤੁਹਾਡੇ ਤੋਂ ਕਰਾਂਗਾ ਮੈਂ ਉਸ ਗੱਲ ਦੇ ਵਿੱਚ ਨਹੀਂ ਜਾਣਾ ਚਾਹੁੰਦਾ ਕਿ ਲਾਲ ਕਿਲੇ ਦੇ ਵਿੱਚ ਕੀ ਹੋਇਆ ਕੀ ਨਹੀਂ ਹੋਇਆ ਠੀਕ ਸੀ ਜਾਂ ਗਲਤ ਸੀ ਉੱਤੇ ਆਪਾਂ ਚਰਚਾ ਜ਼ਰੂਰ ਕਰਾਂਗੇ ਪਰ ਉਸ ਤੋਂ ਪਹਿਲਾਂ ਮੈਂ ਚਰਚਾ ਦਾ ਇੱਕ ਜੜਾ ਵੱਡਾ ਸਵਾਲ ਖੜਾ ਹੁੰਦਾ ਹੈ ਕੀ ਲਾਲ ਕਿਲੇ ਦੇ ਉੱਤੇ ਕਿਸੇ ਖਾਸ ਧਰਮ ਦਾ ਮੈਂ ਨਿਸ਼ਾਨ ਸਾਹਿਬ ਵੀ ਨਹੀਂ ਕਹਿੰਦਾ ਕਿਸੇ ਖਾਸ ਧਰਮ ਦਾ ਕੋਈ ਚਿੰਨ੍ਹ ਲਹਿਰਾ ਦੇਣਾ ਦੇਸ਼ਤਰੋ ਬਣਦਾ ਕਿ ਨਹੀਂ ਬਣਦਾ ਜੋ ਕੋ ਇਹ ਤਾਂ ਇੱਥੇ ਵਕੀਲ ਸਾਹਿਬ ਬੈਠੇ ਨੇ ਦੱਸਣਗੇ ਪਰ ਮੈਨੂੰ ਮੈਂ ਇਹਨੂੰ ਹੋਰ ਤਰ੍ਹਾਂ ਲੈਣਾ ਮੈਂ ਇਹ ਲੈਣਾ ਵੀ ਜੇ ਉਸ ਨੂੰ ਇਹ ਮੰਨਿਆ ਜਾਂਦਾ ਹੈ ਐਡੀ ਗਲਤਾਂ ਕਿ ਉਹ ਗਲਤ ਹੋਇਆ ਤਾਂ ਜਿਹੜੇ ਉਹਦੇ ਰਾਖੇ ਨੇ ਸਵਾਲ ਉਹਨਾਂ ਤੇ ਆ ਮੈਨੂੰ ਰਾਹ ਦੇਣਾਂ ਦੇ ਉੱਤੇ ਇਹ ਤਰਾਜ ਨਹੀਂ ਮਿੰਦਾ ਰਹਿ ਬਰਾ ਤੇ ਤਰਾਜ ਹੈ ਗ੍ਰਹਿ ਮੰਤਰੀ ਨੇ ਦੇਸ਼ ਦੇ ਗ੍ਰਹਿ ਸਖਤਰ ਨੇ ਡੀਸੀਪੀ ਨੇ ਉਹਨਾਂ ਦਾ ਕੰਮ ਸੀ 26 ਜਨਵਰੀ ਆ ਲਾਲ ਕਿਲੇ ਨੂੰ ਪ੍ਰੋਟੈਕਟ ਕਰਕੇ ਰੱਖਣਾ ਉਹਨਾਂ ਨੇ ਨਹੀਂ ਕਰਿਆ ਜੁਮੇ ਹੋਈ ਉਹਨਾਂ ਦਾ ਦੂਜਾ ਮੈਂ ਜੇ ਕਿਸ ਮੈਂ ਵਿਸ਼ੇਸ਼ ਪਟਿਕੁਰ ਮੈਂ ਕਹਣਾ ਵੀ ਨਹੀਂ ਕਿਸੇ ਜਿੰਨਾ ਚਿਰ ਫੈਸਲੇ ਉੱਤੇ ਚੁੱਲਦੇ ਵੀ ਰਹੇ ਨੇ ਉੱਥੇ ਹਰ ਸਾਲ ਚੁੱਲਦੇ ਨੇ ਨਿਸ਼ਾਨ ਸਾਹਿਬ ਵੀ ਚੁੱਲਦੇ ਨੇ ਮੇਰਾ ਇਹਦੇ ਬਾਰੇ ਇਹ ਸਮਝ ਹੈ ਵੀ ਜਿਹੜਾ ਤਿਰੰਗਾ ਇਹ ਤਾਂ 1947 ਚ ਆਇਆ ਤਿਰੰਗਾ ਨਿਕਲਿਆ ਕਿੱਥੋਂ ਹੈ ਇਸੇ ਕੇਸਰੀ ਨਿਸ਼ਾਨ ਥੱਲੇ ਪਾਈ ਧਾਰੋਵਾਲੀ ਨੇ ਜੰਨਰ ਨਾਲ ਬਣ ਕੇ ਸਾੜੇ ਸੀ ਉਹਨਾਂ ਨੂੰ 200 ਬੰਦੇ ਸੜੇ ਨੇ ਗੁਰਦੁਆਰਾ ਸੁਧਾਰਨਾ ਹਰਦੇ ਵਿੱਚ ਜਿਹੜਾ ਨਨਖਾਣਾ ਸਾਹਿਬ ਦਾ ਗੁਰਦੁਆਰਾ ਸੀ ਜੈਤੋ ਦੇ ਵਿੱਚ 500 ਬੰਦੇ ਦਾ ਮੋਰਚਾ ਜਾ ਰਿਹਾ ਸੀ ਗੋਲੀਆਂ ਚਲਾਈ ਗਈਆਂ ਇਸੇ ਨਿਸ਼ਾਨ ਦੇ ਥੱਲੇ ਇਸੇ ਨਿਸ਼ਾਨ ਦੇ ਥੱਲੇ ਬਹੁਤ ਕੁਝ ਹੋਇਆ ਹੈ ਇਸ ਨਿਸ਼ਾਨ ਨੂੰ ਉਸੇ 26 ਜਨਵਰੀ ਨੂੰ ਇਹੀ ਨਿਸ਼ਾਨ ਵੀ ਲੱਗੇ ਹੋਏ ਸੀ ਜਿੱਥੇ ਚਾਕੀ ਸੀ ਪੰਜਾਬ ਦੀ ਉੱਥੇ ਸਲਾਮੀ ਵੀ ਦਿੱਤੀ ਜਾ ਰਹੀ ਹੈ ਉੱਥੇ ਮਾਨਯੋਗ ਪ੍ਰੈਜ਼ੀਡੈਂਟ ਵੀ ਬੈਠੇ ਨੇ ਪੀਐਮ ਵੀ ਬੈਠੇ ਨੇ ਹੋਮ ਮਿਨਿਸਟਰ ਵੀ ਬੈਠੇ ਨੇ ਜਿੰਨੇ ਫੌਜਾਂ ਦੇ ਮੁਖੀ ਵੀ ਹੈਗੇ ਨੇ ਇਹ ਇੰਨਾ ਹੀ ਇਹ ਨਿਸ਼ਾਨ ਮੈਂ ਕਹਿੰਦਾ ਮੈਂ ਕਹਿੰਦਾ ਵੀ ਠੀਕ ਹੈ ਜਿਹੜਾ ਬਣਜਦਾ ਆਪਾਂ 144 ਵੀ ਕਹਿੰਦਾ ਵੀ ਇੱਥੇ ਭਾਈ ਕਿਉਂ ਖੜੇ ਹੋ ਉਹ ਸੈਪਰੇਟ ਹੀ ਹੋਆ ਉਹਨੂੰ ਸੈਪਰੇਟ ਰੱਖੋ ਬਿਲਕੁਲ ਇਸੇ ਹੀ ਹਲਾਕ ਕੀਤਾ ਮੈਂ ਉਸ ਨੂੰ ਇਸ ਕਰਕੇ ਲੈਣਾ ਮੈਂ ਇਸ ਨੂੰ ਮੈਨੂੰ ਇਸ ਗੱਲ ਦੀ ਚਿੰਤਾ ਵੱਡੀ ਹੈ ਤੁਸੀਂ ਜੇ ਮੈਂ ਇਹਨੂੰ ਜੋੜਦਾ ਪ੍ਰਧਾਨ ਮੰਤਰੀ ਦੇ ਕੱਲ ਦੇ ਭਾਸ਼ਣ ਨਾਲ ਇਹ ਕਾਰਵਾਈ ਨੇ ਸਾਨੂੰ ਦਵਾਇਆ ਤਾਂ ਕੁਛ ਨਹੀਂ ਇਹਦੇ ਨਾਲ ਨਾ ਕੋਈ ਖਾਲਸਤਾਨ ਬਣਦਾ ਨਾ ਸਾਡੇ ਪੰਜਾਬ ਨੂੰ ਕੋਈ ਵਾਧਾ ਅਧਿਕਾਰ ਮਿਲ ਜਾਂਦੇ ਨੇ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਬੈਠੀਆਂ ਨੇ ਇਹਨਾਂ ਗੱਲਾਂ ਨੂੰ ਲੜਨ ਵਾਸਤੇ ਔਰ ਉਹਨਾਂ ਦਾ ਸਦੀਆਂ ਦਾ ਤਜਰਬਾ ਕੋਈ ਆਇਆ ਨਹੀਂ ਵੀ ਉਹ ਦੋ ਦਿਨਾਂ ਦੀਆਂ ਨੇ ਪਰ ਇਹਦਾ ਨੁਕਸਾਨ ਇਹ ਹੋਇਆ ਕਿ ਪ੍ਰਧਾਨ ਮੰਤਰੀ ਨੇ ਕੱਲ ਕਹਿਤਾ ਵੀ ਕੁਝ ਸਿੱਖਾਂ ਨੂੰ ਗੁੰਮਰਾਹ ਕਰਿਆ ਜਾ ਰਿਹਾ ਹੈ 47 ਤੇ 84 ਦਾ ਧਿਆਨ ਰੱਖਣਾ ਚਾਹੀਦਾ ਹੈ ਮੈਨੂੰ ਸੋਚ ਆਈ ਇਹ ਹਿੰਟ ਕੀ ਹੈ 84 ਦਾ ਕਿਉਂ ਧਿਆਨ ਫਿਰ ਕਿਹ 84 ਦੇ ਦੰਗੇ ਉਹ ਦੰਗੇ ਨਹੀਂ ਸੀਗੇ ਕਤਲੇਆਮ ਸੀਗਾ ਕਤਲੇਆਮ ਸੀ ਸੋ ਪ੍ਰਧਾਨ ਮੰਤਰੀ ਰਾਜ ਸਭਾ ਦੇ ਵਿੱਚ ਪ੍ਰੈਜ਼ੀਡੈਂਟ ਦੇ ਉਸ ਦਾ ਭਾਸ਼ਣ ਦਾ ਦਿੰਦੇ ਹੋਏ ਸਮਾਪਤ ਕਰਦੇ ਹੋਏ ਜੇ ਇਹ ਕਹਿੰਦੇ ਨੇ ਉਹ ਮਿਨੋਰਟੀ ਦੀ ਗੱਲ ਕਰਦੇ ਨੇ ਮਿਨੋਰਟੀ ਚ ਹੋਰ ਕੀ ਕਿ ਤੁਹਾਨੂੰ ਲੱਗਦਾ ਕਿ ਇੱਕ ਨਾ ਇੱਕ ਮਿੰਟ ਮੈਂ ਪੂਰੀ ਸ਼ਸਤਰ ਦੇ ਦਿੱਤਾ ਇੱਕ ਬਹਾਨਾ ਇੱਕ ਇੱਕ ਤਰੀਕਾ ਮਿਲ ਗਿਆ ਪ੍ਰਧਾਨ ਮੰਤਰੀ ਨੂੰ ਇਹ ਗੱਲ ਕਹਿਣ ਦਾ ਜੇ 26 ਤਰੀਕੇ ਨਾ ਹੁੰਦਾ ਤਾਂ ਨਾ ਬੋਲਦੇ ਮੈਂ ਇਹੀ ਕਹਿਣਾ ਮਿਨੋਰਟੀ ਨੂੰ ਟਾਰਗੇਟ ਕਿਵੇਂ ਕਰਦੇ ਨੇ ਪ੍ਰਤਾਪ ਸਿੰਘ ਬਾਜਵਾ ਜੀ ਜੋ ਉਹਨਾਂ ਨੇ ਭਾਸ਼ਣ ਦਿੱਤਾ ਉੱਥੇ ਉਹਨਾਂ ਨੇ ਕੋਈ ਇੱਕ ਲਫ਼ਜ਼ ਐਸਾ ਨਹੀਂ ਕਿਹਾ ਨਾ ਉਹ ਥੋੜੀ ਜਿਹੀ ਉੱਚੇ ਜ਼ਰੂਰ ਬੋਲੇ ਨੇ ਉਹਨਾਂ ਨੇ ਕੋਈ ਲਫ਼ਜ਼ ਐਸਾ ਨਹੀਂ ਕਿਹਾ ਜੋ ਸ਼ਾਨ ਦੇ ਖਿਲਾਫ ਹੋਵੇ ਉਸਨੇ ਤਾਂ ਐਮਰਜੈਂਸੀ ਵਿੱਚ ਚਲੇ ਜਾਣਾ تھا ਪਤਾ ਨਹੀਂ ਕਿਉਂ ਗਿਆ ਗੁਲਾਮ ਨੇ ਵੀ ਜਾਨੂ ਕਹ ਰਹੇ ਨੇ ਤੁਸੀਂ ਬਹੁਤ ਚੰਗੇ ਹੋ ਇਹ ਤਾਂ ਕੀ ਪਤਾ ਲੱਗਦਾ ਦੋ ਮਨੋਟੀ ਜਿਹੜੀਆਂ ਮੇਜਰ ਨੇ ਉਹ ਦੋਹਾਂ ਨੂੰ ਵੱਖਰਾ ਕਰੋ ਸੋ ਜਿਹੜਾ ਇਹ ਮੌਕਾ ਦਿੱਤਾ ਗਿਆ ਪ੍ਰਧਾਨ ਮੰਤਰੀ ਜੀ ਇਸ ਗੱਲ ਦੇ ਉੱਤੇ ਭੁੱਲ ਗਏ ਕਿ 15 ਐਮਪੀ ਉਸੇ ਸੰਸਦ ਦੇ ਜਿਹਦੇ 303 ਦੇ ਬਲ ਦੇ ਉੱਤੇ ਹੋ ਆਪਦੀ ਕਹਿੰਦੇ ਨੇ 15 ਐਮਪੀ ਕਹਿੰਦੇ 5 ਉਹਨਾਂ ਚਔਰਤਾ ਨੇ ਉਹ ਜਾ ਕੇ ਕਿਸਾਨਾਂ ਦੀ ਵਿੱਥਾ ਪੁੱਛਣੀ ਚਾਹੁੰਦੇ ਨੇ ਉਹਨਾਂ ਨੂੰ ਜਾਣ ਕੇ ਜਾਣ ਦਿੱਤਾ ਜਾਂਦਾ ਇਸ ਤੋਂ ਵੱਡੀ ਮਾੜੀ ਗੱਲ ਕੀ ਹੋएगी ਦੂਜੀ ਇੱਕ ਗੱਲ ਹੋਰ ਕਹਾਂਗਾ ਇਹ ਚੋ ਕੀ ਨਿਕਲਿਆ ਪ੍ਰਧਾਨ ਮੰਤਰੀ ਸਾਨੂੰ ਮਰਿਆਦਾ ਦੱਸਦੇ ਨੇ ਵੀ ਮਰਿਆਦਾ ਰੱਖਣੀ ਚਾਹੀਦੀ ਸੀ ਪਾਰਟੀਆਂ ਨੂੰ ਜਿਹੜੀਆਂ ਵਾਕ ਆਊਟ ਕਰੀਆਂ ਜਾਂ ਨਹੀਂ ਜਾਂ ਜਿਹੜੇ ਇਹ ਕਿਸਾਨ ਲੀਡਰ ਨੇ ਪ੍ਰਧਾਨ ਮੰਤਰੀ ਉਹਦੇ ਕਿੱਦੇ ਮਰਿਆਦਾ ਸੀ ਜਿੱਦੇ ਇਹਨਾਂ ਦੀ ਇੱਕ ਕੈਬਨਿਟ ਵਜ਼ੀਰ ਇਹਨਾਂ ਨੂੰ ਅਸੀਫਾ ਦੇਣ ਗਈ ਸੀ ਤੇ ਉਹਨਾਂ ਨੇ ਬਾਹਰੋਂ ਮੋੜਤਾ ਸੀ ਜਦ ਕਿ ਉਹਨੂੰ ਬਣਾ ਕੇ ਬਿਠਾਣਾ ਚਾਹੀਦਾ ਸੀ ਚਾਹ ਪਲਾਨੀ ਚਾਹੀਦੀ ਸੀ ਤੇ ਉਹਨਾਂ ਨੂੰ ਕਹਿਣਾ ਚਾਹੀਦਾ ਠੀਕ ਹੈ ਜੀ ਤੁਸੀਂ ਆਪਣਾ ਤੁਹਾਡਾ ਮਤ ਭੇਜਦਾ ਹੈ ਬਿਲਕੁਲ ਠੀਕ ਹੈ ਕਹਿੰਦਾ ਸੱਜਣ ਸਾਡੀ ਇਹ ਰੰਗ ਸੇ ਹੋ ਫਿਰ ਮੇਨਨ ਕੀ ਆਸ ਸੋ ਅਸੀ ਮਰਿਆਦਾ ਦਾ ਲੋਕਾਂ ਵਾਸਤੇ ਡੋਰ ਪਿੱਟਦੇ ਆ ਅਸੀਂ ਮੋਰਟਿਸ ਨੂੰ ਖਰਾਬ ਕਰਦੇ ਆ ਅੱਜ ਮੈਨੂੰ ਡਰ ਹੈ ਮੈਂ ਸੱਚੀ ਵਿੱਚ ਡਰਦਾ ਇਸ ਗੱਲ ਤੇ ਵੀ ਕਿਤੇ ਮੁੜ ਕੇ 84 ਰਿਪੀਟ ਕਰਨ ਦਿੱਤਾ ਨਹੀਂ ਇਹਨਾਂ ਦੀ ਗੱਲ ਕਿਉਂਕਿ ਮੈਨੂੰ ਬਹੁਤ ਜਗ੍ਹਾ ਤੋਂ ਸੂਚਨਾਵਾਂ ਮਿਲੀਆਂ ਨੇ ਕਿਉਂਕਿ ਮੈਂ ਉਸ ਕਮਿਊਨਿਟੀ ਨੂੰ ਬਿਲੋਂਗ ਕਰਦਾ ਜਿਹੜੇ ਅੰਦਰੋਂ ਗੱਲ ਦੱਸ ਜਾਂਦੇ ਨੇ ਸੋ ਇਸ ਕਰਕੇ ਮੈਨੂੰ ਬਹੁਤ ਡਰ ਹੈ ਠੀਕ ਹੈ ਮੈਂ ਕਿਵਦਣ ਤੋਂ ਪਹਿਲਾਂ ਹਰਜੀਤ ਸਿੰਘ ਗਰਵਾਲ ਸਾਹਿਬ ਗਰਵਾਲ ਸਾਹਿਬ ਵੀ ਇੱਕ ਸਵਾਲ ਮੈਂ ਜ਼ਰੂਰ ਪੁੱਛਣਾ ਚਾਹੁੰਦਾ ਜਿਹੜੀਆਂ ਵਾਰ-ਵਾਰ ਲੋਕੀ ਗੱਲਾਂ ਕਹਿ ਰਹੇ ਨੇ ਕਿ ਲਾਲ ਕਿਲੇ ਦੇ ਉੱਤੇ ਚਣਾ ਚਾਣਾ ਤੁਸੀਂ ਬੜਾ ਇਤਿਹਾਸ ਪੜਦੇ ਹੋ ਤੁਹਾਡੀ ਨੋਲਿਜ ਬਹੁਤ ਹੈਗੀ ਆ ਕਿ ਵਾਕਈ ਉਹ ਨਿਸ਼ਾਨ ਸਾਹਿਬ ਸਿਗਾ ਜਿਹੜਾ ਚੁਲਾਇਆ ਗਿਆ ਕੀ ਉਸ ਨੂੰ ਨਿਸ਼ਾਨ ਸਾਹਿਬ ਕਿਹਾ ਜਾ ਸਕਦਾ ਝੰਡਾ ਕਿਹਾ ਜਾ ਸਕਦਾ ਝੰਡੀ ਕਿਹਾ ਜਾ ਸਕਦਾ ਜਾਂ ਨਿਸ਼ਾਨ ਸਾਹਿਬ ਫਹਰਾਉਂ ਦੀ ਕੋਈ ਮਰਿਆਦਾ ਵੀ ਹੁੰਦੀ ਹੈ ਇਸ ਬਾਰੇ ਥੋੜਾ ਜਾਣਨਾ ਪਾਓ ਪਹਿਲਾਂ ਝੰਡੀ ਝੰਡਾ ਤੇ ਨਿਸ਼ਾਨ ਸਾਹਿਬ ਹਮ ਇਹਦੇ ਵਿੱਚ ਬਹੁਤ ਵੱਡਾ ਡਿਫਰੈਂਸ ਹੈ ਤਿੰਨਾਂ ਦੇ ਵਿੱਚ ਹੀ ਖਾਸ ਕਰਕੇ ਪੀਟੀਸੀ ਦੇ ਜਿਹੜੇ ਦਰਸ਼ਕ ਨੇ ਉਹਨਾਂ ਦਾ ਇਸਤੇ ਕਿਉਂਕਿ ਉਹ ਦੇਖਦੇ ਰਹਿੰਦੇ ਆ ਤੁਸੀਂ ਖੁਦ ਦਿਖਾਇਆ ਫਤਿਹ ਦਿਸ਼ ਦੇ ਉੱਪਰ ਵੀ ਝੰਡੀ ਦੀ ਕੋਈ ਸੈਂਸਿਟੀਟੀ ਨਹੀਂ ਹੁੰਦੀ ਠੀਕ ਹੈ ਜੀ ਝੰਡਾ ਹਰ ਦੇਸ਼ ਦਾ ਹਰ ਬੋਡੀ ਦਾ ਹਰ ਆਰਗੇਨਾਈਜੇਸ਼ਨ ਦਾ ਤੇ ਵੱਖ-ਵੱਖ ਸੰਸਥਾਵਾਂ ਦਾ ਵਿਦਿਅਕ ਸੰਸਥਾਵਾਂ ਦੇ ਵੀ ਹੁੰਦੇ ਆ ਸਪੋਰਟਸ ਬਾਡੀ ਦੇ ਵੀ ਝੰਡੇ ਹੁੰਦੇ ਆ ਹੋਰ ਤੇ ਹੁੰਦੇ ਆ ਉਹਦਾ ਰੰਗ ਉਹਦਾ ਸਾਈਜ਼ ਹਰ ਆਕਾਰ ਉਹਦਾ ਉਹਦੀ ਪੂਰੀ ਹਰ ਤਰ੍ਹਾਂ ਦੀ ਮਾਨਤਾ ਹੁੰਦੀ ਆ ਤੇ ਜਿੱਥੇ ਆ ਜੀ ਇਹ ਨਿਸ਼ਾਨ ਸਾਹਿਬ ਤੇ ਜੀ ਲਾਲ ਕਿਲੇ ਦੀ ਘਟਨਾ ਤੇ ਉਹ ਨਿਸ਼ਾਨ ਸਾਹਿਬ ਹੈ ਹੀ ਨਹੀਂ ਸੀ ਆਪਾਂ ਨੂੰ ਸਾਰਿਆਂ ਨੂੰ ਪਤਾ ਆਪਾਂ ਪੰਜਾਬ ਦੇ ਵਸਨੀਕ ਆ ਨਿਸ਼ਾਨ ਸਾਹਿਬ ਦਾ ਘੱਟੋ-ਘੱਟ 20-25 ਮੀਟਰ ਕਪੜਾ ਲੱਗਦਾ ਜੀ ਨਿਸ਼ਾਨ ਸਾਹਿਬ ਨੂੰ ਚੋਲਾ ਨਾਲ ਹੁੰਦਾ ਹੂੰ ਤੇ ਨਿਸ਼ਾਨ ਸਾਹਿਬ ਨੂੰ ਚੜਾਉਣ ਲਈ ਪਹਿਲਾਂ ਅਰਦਾਸ ਹੁੰਦੀ ਆ ਦਿਗ ਵੱਡੀ ਜਾਂਦੀ ਆ ਫਿਰ ਨਿਸ਼ਾਨ ਸਾਹਿਬ ਚੜਦਾ ਹੂੰ ਔਰ ਨਿਸ਼ਾਨ ਸਾਹਿਬ ਰੋਜ਼ ਨਹੀਂ ਚੜਦਾ ਹੂੰ ਕਿ ਕਿਸੇ ਖਾਸੋ ਕਿਸ ਦਿਨ ਤੇ ਜਾਂ ਕੱਪੜਾ ਬਦਰੰਗ ਹੋ ਜੇ ਜਾਂ ਕੱਪੜਾ ਬਦਲਣਾ ਹੋਵੇ ਜਾਂ ਕਿਸੇ ਨੇ ਸ਼ਰਦਾ ਸੁਮਨ ਕਿਤੇ ਹੋਵੇ ਵੀ ਮੈਂ ਨਿਸ਼ਾਨ ਸਾਹਿਬ ਚੜਾਉਣਾ ਹੈਗਾ ਔਰ ਉਹ ਵੀ ਕਿਸੇ ਕੋਈ ਮਸੱਆ ਸੰਗਰਾਮਪੁਰ ਨਿਵਾਸੀ ਤੇ ਕਿਤੇ ਸਾਲ ਚ ਮਾਈ ਹੁੰਦਾ ਜੀ ਆਪਾਂ ਜਦੋਂ ਕਿਤੇ ਉਹਨੇ ਚੜਾਉਨੇ ਆ ਹੂੰ ਤੇ ਜਿਨ੍ਹਾਂ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਨਿਸ਼ਾਨ ਸਾਹਿਬ ਕੀ ਹੈ ਤੇ ਝੰਡੀ ਕੀ ਹੈ ਝੰਡਾ ਵੀ ਹੈ ਨਹੀਂ ਜੀ ਉਹ ਤਾਂ ਸਾਡਾ ਹੈ ਅੱਛਾ ਉਹ ਲੋਕ ਜਾਣ ਬੁੱਝ ਕੇ ਇੱਕ ਮਿਨੋਰਿਟੀ ਨੂੰ ਟਾਰਗੇਟ ਕਰਨ ਲਈ ਜਿਨ੍ਹਾਂ ਨੇ ਸ਼ੁਰੂ ਤੋਂ ਹੀ ਇਹ ਜਦੋਂ ਧਰਨਾ ਲਗਾਇਆ ਉਦੋਂ ਹੀ ਇਹਨੂੰ ਖਾਲਸਤਾਨੀ ਕਹਿਣਾ ਸ਼ੁਰੂ ਕਰਤਾ ਸੀ ਜਾਂ ਇਹਨੂੰ ਪੜ੍ਹਨਾ ਸ਼ੁਰੂ ਕਰਤਾ ਸੀ ਉਹਨਾਂ ਨੂੰ ਇੱਕ ਮੌਕਾ ਮਿਲ ਗਿਆ ਸੀ ਸੋ ਇਸ ਕਰਕੇ ਇਹ ਮੈਂ ਅੱਜ ਇੱਥੇ ਗੱਲ ਕਲੀਅਰ ਕਰਨੀ ਚਾਹੁੰਦਾ ਕਿ ਝੰਡੀ ਦੇਖੋ ਕੋਈ ਸਾਈਕਲ ਤੇ ਲਾਉਂਦਾ ਕੋਈ ਟਰੈਕਟਰ ਤੇ ਲਾਉਂਦਾ ਕੋਈ ਦਰਖਤ ਤੇ ਟੰਗ ਲੈਂਦਾ ਕੋਈ ਆਪਣੇ ਘਰ ਦੇ ਉੱਪਰ ਟੰਗ ਲੈਂਦਾ ਕੋਈ ਅਜਦੋਂ ਕੋਈ ਆਪਾਂ ਦੇਖਿਆ ਐਸਜੀਪੀਸੀ ਦੇ ਪ੍ਰੋਗਰਾਮ ਹੁੰਦੇ ਨੇ ਦੋਨੇ ਪਾਸੇ ਸੜਕਾਂ ਤੇ ਆਪਾਂ ਪੀਲੇ ਝੰਡੇ ਟੰਗ ਕਹੜੇ ਕਰਦੇ ਨੇ ਉਹ ਨਿਸ਼ਾਨ ਸਾਹਿਬ ਨਹੀਂ ਹੈ ਬਿਲਕੁਲ ਨਹੀਂ ਜੀ ਉਹ ਕਿਸੇ ਸਾਡੇ ਲੰਗਰ ਲੱਗਦੇ ਆ ਸਾਡੇ ਕਿ ਹੋਰ ਦੂਜੀ ਗੱਲ ਜੀ ਹਮ ਫੌਜ ਜਦੋਂ ਮੂਵ ਕਰਦੀ ਆ ਜਦੋਂ ਸਾਡੀ ਸਿਕ ਰੇਜਮੈਂਟ ਮੂਵ ਕਰਦੀ ਆ ਸਾਡੇ ਉਹਨਾਂ ਤੇ ਜਿਹੜੀਆਂ ਮੂਰੇ ਗੱਡੀਆਂ ਚੱਲਦੀਆਂ ਉਹਨਾਂ ਤੇ ਝੰਡੇ ਲੱਗੇ ਹੁੰਦੇ ਆ ਝੰਡੀ ਲੱਗੀ ਹੁੰਦੀ ਆ ਔਰ ਜਦੋਂ ਕਿਤੇ ਸਾਡੀ ਹੁਣ ਪਿੱਛੇ ਲਦਾਖ ਚ ਹੋਇਆ ਜਾਂ ਜਿੱਥੇ ਵੀ ਕਿਤੇ ਹੁੰਦਾ ਸਾਡੀ ਜਿਹੜੀ ਫੌਜ ਆ ਉਥੇ ਝੰਡਾ ਲਹਿਰਾਉਂਦੀ ਆ ਔਰ ਦੂਸਰੀ ਗੱਲ ਜੇ ਸਾਡਾ ਕੋਈ ਸਿੱਖ ਭਾਈ ਜੇ ਕਿਤੇ ਹਿਮਾਲਿਆ ਪਰਬਤ ਤੇ ਜਾਂਦਾ ਉੱਥੇ ਜਾ ਕੇ ਵੀ ਉਹ ਚੰਡੀ ਲੈਰਾ ਕੇ ਜਾਂਦਾ ਨਿਸ਼ਾਨ ਸਾਹਿਬ ਨਹੀਂ ਲੈ ਰੋਂਦਾ ਠੀਕ ਹੈ ਬਾਗੜੀ ਸਾਹਿਬ ਗਰੇਵਲ ਸਾਹਿਬ ਤੋਂ ਬੜੀ ਇੰਟਰਸਟਿੰਗ ਗੱਲ ਕਹਿ ਰਹੇ ਨੇ ਕਿ ਜੇ ਸਾਡਾ ਨਿਸ਼ਾਨ ਸਾਹਿਬ ਹੈ ਹੀ ਨਹੀਂ ਆ ਫਿਰ ਕੇਸ ਕਿੱਥੇ ਸਟੈਂਡ ਕਰਦਾ ਦੇਸ਼ ਤਰੋਦਾ ਮਸਲਾ ਦੇਸ਼ ਤਰੋਦਾ ਮਾਮਲਾ ਦਰਜ ਕਰ ਦਿੱਤਾ ਗਿਆ ਕਿ ਤੁਸੀਂ ਇੱਕ ਖਾਸ ਧਰਮ ਦਾ ਉੱਥੇ ਨਿਸ਼ਾਨ ਸਾਹਿਬ ਝੁਲਾ ਦਿੱਤਾ ਇਸ ਕਰਕੇ ਦੇਸ਼ ਤਰੋਦਾ ਮਸਲਾ ਬਣ ਗਿਆ ਇਹ ਤੇ ਤੁਹਾਡੇ ਤੇ ਪਰਚੇ ਦਰਜ ਕੀਤੇ ਜਾਣਗੇ 22 ਸਾਲ ਦੇ ਮੁੰਡਿਆਂ ਦੇ ਉੱਤੇ ਪਰਚੇ ਦਰਜ ਕੀਤੇ ਗਏ ਨੇ ਅਜਿਹਿਆਂ ਸਖਤ ਧਰਾਵਾਂ ਲਾ ਕੇ ਪਰਚੇ ਦਰਜ ਕੀਤੇ ਗ ਆਵੇ ਦਿੱਲੀ ਪੁਲਿਸ ਵੱਲੋਂ ਕੀਤੇ ਜਾ ਰਹੇ ਨੇ ਕਿੱਥੇ ਸਟੈਂਡ ਕਰਦੇ ਨੇ ਇਹ ਸਾਰੇ ਕੇਸਿਸ ਦੇਖੋ ਮੈਨੂੰ ਪਹਿਲਾਂ ਇਹ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਕਿ ਜਿਹੜਾ ਇਹ ਨਿਸ਼ਾਨ ਸਾਹਿਬ ਦੀ ਗੱਲ ਕੀਤੀ ਹੈ ਝੰਡੇ ਦੀ ਗੱਲ ਕੀਤੀ ਹੈ ਜਾਂ ਝੰਡੀ ਦੀ ਗੱਲ ਕੀਤੀ ਹੈ ਹਮ ਕੀ ਇਹ ਨੈਸ਼ਨਲ ਫਲੈਗ ਦਾ ਡਿਸਹਨਰ ਹੈ ਹਮ ਵੀ ਪ੍ਰੋਵੀਨਸ਼ਨ ਆਫ ਇਨਸਲਟ ਟੂ ਨੈਸ਼ਨਲ ਆਨਰ ਐਕਟ 1971 ਬਣਿਆ ਹਮ ਉਹਦਾ ਸੈਕਸ਼ਨ 2 ਕਹਿੰਦਾ ਇਨਸਲਟ ਟੂ ਇੰਡੀਅਨ ਨੈਸ਼ਨਲ ਫਲੈਗ ਐਂਡ ਕਨਸਟੀਟਿਊਸ਼ਨ ਆਫ ਇੰਡੀਆ ਹਮ ਉਹਦੇ ਚ ਕਿਤੇ ਨਹੀਂ ਲਿਖਿਆ ਕਿ ਵੀ ਕਿਸੇ ਹੋਰ ਮਜ਼ਬਬ ਦਾ ਝੰਡਾ ਚੜਾਣਾ ਜਾਂ ਨਿਸ਼ਾਨ ਸਾਹਿਬ ਚੜਾਣਾ ਸਪੈਸੀਫਿਕਲੀ ਜਿੱਥੇ ਇਹ ਲਾਲ ਕਿਲੇ ਵੈਦਰ ਦੀ ਰੈਡ ਫੋਰਟ ਇਜ਼ ਦੀ ਨੈਸ਼ਨਲ ਮੋਨੂਮੈਂਟ অর ਨਾਟ ਇਟ ਇਜ਼ ਆਲਸੋ ਕੁਐਸਚਨੇਬਲ ਕਿਉਂਕਿ ਇਹਨਾਂ ਨੇ 2018 ਤੇ ਇਟ ਇਜ਼ ਓਨ ਲੀਜ਼ ਸੋ ਜਿੱਥੇ ਜੇ ਤਾਂ ਉਤਾਰਿਆ ਇਹ ਜਿਹੜਾ ਸੈਕਸ਼ਨ ਆ ਮੈਂ ਥੋੜਾ ਜਿਹਾ ਕਲੀਅਰ ਕਰਦਾ ਜਾਂ ਤਾਂ ਕੋਈ ਉਹਨੂੰ ਅੱਗ ਲਾਉਂਦਾ ਹੈ ਨੈਸ਼ਨਲ ਫਲੈਗ ਨੂੰ ਜਾਂ ਮਲਟੀਲੇਟ ਕਰਦਾ ਹੈ ਡੀਫੇਸ ਕਰਦਾ ਹੈ ਡਿਫਾਈਸ ਕਰਦਾ ਹੈ ਡੀ ਫਿਗਰਸ ਕਰਦਾ ਹੈ ਡਿਸਟਰੋਏ ਕਰਦਾ ਹੈ ਉਹਦੇ ਲਈ ਸਜ਼ਾ ਦਾ ਪ੍ਰਾਵਧਾਨ ਆ 3 ਸਾਲ ਤੱਕ ਦੀ ਦਾ ਇਹ ਚ ਤੁਸੀਂ ਬਹੁਤ ਸਿਆਣਿਓ ਇਹ ਕੁਛ ਬਿਲਕੁਲ ਨਹੀਂ ਹੋਇਆ ਇੱਕ ਸੈਪਰੇਟ ਪਲੇਸ ਸੀ ਜਿਹੜਾ ਜਿਹੜਾ ਡੋਮ ਦੇ ਉੱਤੇ ਇੱਕ ਖਾਲੀ ਪੋਲ ਪਿਆ ਹੋਇਆ ਸੀ ਕਿਸੇ ਨੇ ਆ ਕੇ ਉਹਦੇ 'ਚ ਆਪਣੇ ਜੋਸ਼ 'ਚ ਆ ਕੇ ਉੱਥੇ ਝੰਡਾ ਚੜ੍ਹਾਤਾ ਇਟ ਇਜ਼ ਨਾਟ ਐਨ ਅਫੈਂਸ ਐਟ ਆਲ ਜਿਹੜੀ ਤਰੰਗਾ ਤਾਂ ਪਿੱਛੇ ਝੂਲ ਹੀ ਰਿਹਾ ਉਸ ਨੂੰ ਨਾ ਕਿਸੇ ਨੇ ਛੇੜਿਆ ਨਾ ਕਿਸੇ ਨੇ ਹਟਾਇਆ ਇੱਕ ਖਾਲੀ ਪੋਲ ਸੀਗਾ ਕਿਉਂਕਿ ਮੈਂ ਚਸ਼ਮਦੀਦ ਆ ਮੈਂ ਖੁਦ ਦੇਖਿਆ ਉੱਥੇ ਉਹ ਖਾਲੀ ਪੋਲ ਸੀਗਾ ਉਸ ਖਾਲੀ ਪੋਲ ਤੇ ਨਿਸ਼ਾਨ ਲਾਇਆ ਗਿਆ ਨਾਓ ਨਾਓ ਯੂ ਚੈੱਕ ਆਊਟ ਜਿਹੜੀਆਂ ਐਫ ਆਈ ਆਰਸ ਮੈਂ ਹੁਣ ਤੱਕ ਚੈੱਕ ਕਰ ਪਾਇਆ ਹਾਂ ਇਸ ਐਕਟ ਦੇ ਵਿੱਚ ਹੋਈਆਂ ਨਹੀਂ ਇਟ ਮੀਨਸ ਜਿਹੜਾ ਗੋਦੀ মিডিਆ ਲੋਕਾਂ ਦੀ ਇੰਟੈਂਸ਼ਨ ਨੂੰ ਗਲਤ ਡਾਇਵਰਟ ਕਰ ਰਿਹਾ ਹੈ ਨਾ ਆਈ ਡੋਨਟ نو ਵਾਈ ਦੀ ਗਵਰਨਮੈਂਟ ਇਜ਼ ਸਲੀਪਿੰਗ ਵਾਈ ਦੀ ਅਦਰ ਪਾਰਟੀਆਂ ਆਰ ਸਲੀਪਿੰਗ ਹਾਊ ਦੇ ਡੇਅਰ ਟੂ ਮੇਕ ਥੀਸ ਟਾਈਪ ਆਫ ਸਟੇਟਮੈਂਟਸ ਜਿਹੜੇ ਵੀ ਇਟ ਇਜ਼ ਇਹ ਤਾਂ ਰਾਜ ਧਰੋ ਦਾ ਪਰਚਾ ਉਹਨਾਂ ਤੇ ਹੋਣਾ ਚਾਹੀਦਾ ਜਿਹੜੇ ਗਲਤ ਪ੍ਰੋਪੋਗੇਟ ਕਰਦੇ ਆ ਆਪਣੀ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਨੂੰ ਮਿਸਯੂਜ਼ ਕਰ ਰਹੇ ਨੇ ਕਿਉਂਕਿ ਇਹ ਨੈਸ਼ਨਲ ਫਲੈਗ ਦੀ ਇਨਸਲਟ ਦੀ ਡੈਫੀਨੇਸ਼ਨ ਚ ਨਹੀਂ ਆਂਦਾ ਔਰ ਮੈਂ ਇੰਟਰਸਟਿੰਗਲੀ ਇੱਥੇ ਕਲੀਅਰ ਦਾਅਵੇ ਨਾਲ ਕਹਿ ਸਕਦਾ ਕਿ ਦਿੱਲੀ ਪੁਲਿਸ ਨੇ ਐਫ ਆਈ ਆਰ ਬੇਸ਼ੱਕ ਲੋਜ ਕਰੀਏ ਇੱਕ ਦਿਨ ਤੋਂ ਬਾਅਦ ਪਰ ਉਹਦੇ ਚ ਇਹ ਅਫੈਂਸ ਜਿਹੜਾ ਵਰਬਲੀ ਸਪੀਕ ਕਰਦੇ ਆ ਨਾ ਇਹ ਐਂਕਰ ਜਾਂ ਗੋਦੀ ਮੀਡੀਆ नेशनेल फ्लैग ਨੂੰ इंसल्ट ਕਰਨ ਦਾ ਇੱਕ ਵੀ ਸੈਕਸ਼ਨ ਨਹੀਂ ਹੋਊਗਾ 1 ਸੈਕਸ਼ਨ ਤੁਸੀਂ ਕਿਹਾ 124 एस एडिशन ਦਾ ਉਹ ਤੋਂ ਬਿਨਾ بڑے ਸੈਕਸ਼ਨ ਲੱਗੇ ਨੇ ਮੈਂ ਇਹਦੀ ਗੱਲ ਕਲੈਰੀਫਾਈ ਕਰ ਦਿੰਦਾ ਉਹ ਬੇਸ਼ੱਕ ਇਹ ਗੱਲ ਕਰਦਾ ਹੈ ਕਿ ਵੀ ਕਿਸੇ ਗਵਰਨਮੈਂਟ ਜਿਹੜੀ ਐਸਟੈਬਲਿਸ਼ਡ ਅੰਡਰ ਲਾਅ ਹੈ ਉਹਦੇ ਪ੍ਰਤੀ ਹੇਟਡ ਫੀਲਿੰਗ ਕਢਾਉਣ ਵਾਸਤੇ ਉਹਨੂੰ ਡਿਸਫੈਕਸ਼ਨ ਕਰਨ ਵਾਸਤੇ ਕੋਈ ਬੰਦਾ ਸਪੀਚ ਕਰਦਾ ਜਾਂ ਕੋਈ ਰਿਟਨ ਕੁਝ ਕਰਦਾ ਸੈਡੀਸ਼ਨ ਫਿਰ ਤਾਂ ਫਿਰ ਤਾਂ ਇਹ ਵਾਇਲੇਸ਼ਨ ਹੋਊਗੀ ਆਰਟੀਕਲ 19 ਦੀ ਜਿੱਥੇ ਫਰੀडम ਆਫ ਐਕਸਪ੍ਰੈਸ਼ਨ ਹੈ ਬਿਲਕੁਲ ਠੀਕ ਇਟ ਮੀਨਸ ਜਿਹੜਾ ਇਹ ਐਜੀਟੇਸ਼ਨ ਪੀਸਫੁਲੀ ਕਰ ਰਹੇ ਸੀ ਉਹ ਵਿਦਨ ਦੀ ਐਮਬੈਟ ਆਫ ਸੈਕਸ਼ਨ 19 ਫਰੀडम ਆਫ ਐਕਸਪ੍ਰੈਸ਼ਨ ਪੀਸਫੁਲ ਪ੍ਰੋਟੈਸਟ ਲਾਫ ਨਹੀਂ ਕਰ ਰਹੇ ਸੀ ਇਹ ਸਾਰੀਆਂ ਗੱਲਾਂ ਅਦਾਲਤ ਚ ਕਿੱਥੇ ਖੜ੍ਹ ਦਿੰਦੀਆਂ ਸਰ ਮੈਂ ਇਹੀ ਗੱਲ ਕਰਦਾ ਦਿੱਲੀ ਪੁਲਿਸ ਨੇ ਐਫ ਆਈ ਆਰ ਕੀਤੀ ਹੈ ਐਫ ਆਈ ਆਰ ਦੇ ਵਿੱਚ ਹੁੰਦਾ ਯੂਜੂਲੀ ਕੀ ਹੈ ਜਦੋਂ ਕੋਰਟ ਤੇ ਜਾਂਦਾ ਉਹ ਜੱਜ ਸਾਹਿਬ ਵੀ ਦੇਖਦੇ ਨੇ ਵੀ ਆਹ ਸੈਕਸ਼ਨ ਲੱਗਿਆ ਆਹ ਸੈਕਸ਼ਨ ਲੱਗਿਆ ਥਿਸ ਇਜ਼ ਦੀ ਬੈਡ ਲੱਕ ਆਫ ਅਰ ਕੰਟਰੀ ਕਿਉਂ ਕਹਿੰਦਾ ਨਹੀਂ ਜੀ ਇਹ ਤਾਂ ਬਹੁਤ ਸੀਰੀਅਸ ਹੈ ਇਹ ਚ ਬੇਲ ਦਾ ਜਾਂ ਕਿਸੇ ਹੋਰ ਦਾ ਪ੍ਰਬਧਾਨ ਨਹੀਂ ਹੈ ਪ੍ਰਬਧਾਨ ਨਹੀਂ ਹੈ ਹਾਂ ਗਵਰਨਮੈਂਟ ਤੇ ਇਹ ਪ੍ਰੈਸ਼ਰ ਪਾ ਰਹੇ ਆ ਟੂ ਵਿਦਡਰੋ ਗਵਰਨਮੈਂਟ ਹੈਜ਼ ਟੂ ਵਿਦਡਰੋ ਥੀਸ ਆਲ ਥੀਸ ਕੇਸਸ ਇਫ ਦੇ ਹੈਵ ਦੀ ਯੂਨਿਟੀ ਹਾਂ 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 ਆਈ ਏਮ ਐਡਵਾਈਜ਼ਿੰਗ ਸਾਰਿਆਂ ਨੂੰ ਮੈਂ ਇਹ ਮੇਰੀ ਇੱਕ ਸਲਾਹ ਹੈ ਹੂੰ ਯੂ ਸ਼ੁਡ ਜੁਨਾਈਟ ਰਗੇਦਰ ਹੂੰ ਜਿਵੇਂ ਇੱਕ ਮੈਂ ਸੁਣ ਰਿਹਾ ਸੀ ਤੁਸੀਂ ਸਪੈਸ਼ਲੀ ਮੈਂ ਇੱਕ ਹੋਰ ਗੱਲ ਕਲੈਰੀਫਾਈ ਕਰ ਦਿੰਨਾ ਹੈ ਹੂੰ ਪੁਲਿਸ ਦੇ ਕੋਲ ਕੋਈ ਅਧਿਕਾਰ ਨਹੀਂ ਕਿਸੇ ਦੇ ਡੰਡੇ ਮਾਰਨ ਦਾ ਇੱਕ ਉਹ ਲੜਕੇ ਨੂੰ ਚੁੱਕ ਕੇ ਲੈ ਕੇ ਗਏ ਨੇ ਨਾ ਕੁੱਟ ਕੇ ਉਹ ਮਤਲਬ ਖੜਾ ਹੋਇਆ ਸੀ ਹੂੰ 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 ਸੈਕਸ਼ਨ ਆਰਟੀਕਲ uh, 25 ਮੈਂ ਤੁਹਾਡੇ ਜਰੀਏ ਕਲੀਅਰ ਕਰ ਦੇਣਾ ਚਾਹਨਾ ਆਫ ਦੀ ਕਨਸਟੀਟਿਊਸ਼ਨ ਆਫ ਇੰਡੀਆ ਫਰੀडम ਆਫ ਕਨਸਾਈਂਸ ਕਨਸਾਈਂਸ ਐਂਡ ਫਰੀ profession practice ਐਂਡ propagation ਆਫ ਦੀ ਰਿਲੀਜਨ ਐਕਸਪਲੇਨੇਸ਼ਨ 1 ਦੇ ਵਿੱਚ ਇੱਕ ਚੀਜ਼ ਲਿਖੀ ਆ ਹੋਰ ਕਿਸੇ ਲਈ ਕੋਈ ਤਰਸ਼ੂਲ ਨਹੀਂ ਲਿਖਿਆ ਦੀ ਵੇਅਰਿੰਗ ਐਂਡ ਕੈਰੀਿੰਗ ਆਫ ਦੀ ਕਿਰਪਾਨ ਸ਼ਲ ਬੀ ਡੀਮਡ ਟੂ ਬੀ ਇਨਕਲੂਡਡ ਇਨ ਦੀ profession ਆਫ ਦੀ ਸਿੱਖ ਰਿਲੀਜਨ ਉਹ ਪਾਰਟ ਤੇ ਪਾਰਸਲ ਆ ਸਿੱਖ ਰਿਲੀਜਨ ਦਾ ਇਹ ਸੰਵਿਧਾਨ ਚ ਲਿਖਿਆ ਮੈਂ ਨਹੀਂ ਕਹਿੰਦਾ ਨਾ ਇਹ ਕੋਰਟ ਲੈ ਸਕਦੀ ਹੈ ਨਾ ਕੋਈ ਦਿੱਲੀ ਪੁਲਿਸ ਲੈ ਸਕਦੀ ਹੈ ਲੈਟ ਮੀ ਕਲੀਅਰ ਮੈਂ ਇੱਕ ਮਿੰਟ ਆ ਗਿਆ ਮੈਂ ਇੱਕ ਰਿਐਕਸ਼ਨ ਲੈ ਲਾ ਪ੍ਰੋਫੈਸਰ ਵਿਨਾਸ਼ ਤੋਂ ਫਿਰ ਹਨ ਪ੍ਰੋਫੈਸਰ ਵਿਨਾਸ਼ ਪਹਿਲੇ ਦਿਨ ਜਦੋਂ ਆਪਾਂ ਗੱਲ ਕੀਤੀ ਸੀ ਤੁਸੀਂ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਦੀਪ ਸਿੱਧੂ ਹੋਰਾਂ ਦਾ ਨਾਮ ਵੀ ਲਿਆ ਤੁਸੀਂ ਕਿਹਾ ਕਿ ਇਹ ਸਰਕਾਰ ਵੱਲੋਂ ਪਲਾਂਟ ਕੀਤਾ ਗਿਆ ਬੰਦਾ ਹੈ ਮੈਂ ਜਿਵੇਂ ਭਾਵਨਾਵਾਂ ਦੀ ਗੱਲ ਕਰਦਾ ਤੇ ਉਸ ਦਿਨ ਭਾਵਨਾਵਾਂ ਹੋਰ ਸੀ 26 ਨੂੰ ਅੱਜ ਭਾਵਨਾਵਾਂ ਕੁਝ ਹੋਰ ਨੇ ਤੁਹਾਡੀਆਂ ਭਾਵਨਾਵਾਂ ਵੀ ਟਿਲਟ ਕੀਤੀਆਂ ਨੇ ਜਾਂ ਤੁਹਾਡੀਆਂ ਭਾਵਨਾਵਾਂ ਉੱਥੇ ਹੀ ਖੜੀਆਂ ਨੇ ਅਲਵੀ ਮੈਂ ਤੁਹਾਨੂੰ ਸਿਰਫ ਇਨਾ ਕਹਿਣਾ ਚਾਹਨਾ ਵੀ ਜਿਸ ਬੰਦੇ ਨੂੰ ਫੜਨ ਲਈ ਤੁਸੀਂ ਐਨੇ ਦਿਨ ਲਾਤੇ ਹੂੰ ਉਹਨੂੰ ਤੁਸੀਂ ਪ੍ਰੋਵਾਈਡ ਕਰ ਰਹੇ ਸੀ ਹੂੰ ਕਿ ਤੂੰ ਭਾਈ ਜਿੱਥੋਂ ਮਰਜੀ ਬਾਹਰੋਂ ਉਹਦੇ ਕੋਲ ਕਿਹੜੀ ਹਿੰਮਤ ਆ ਗਈ ਹੂੰ ਹੂੰ ਕਿ ਉਹ ਬਾਹਰ ਜਾ ਕੇ ਹੂੰ ਹੂੰ ਅ ਅਪਲੋਡ ਕਰ ਰਿਹਾ ਸੀ ਉਹਨੂੰ ਪਲੇਟਫਾਰਮ ਪ੍ਰੋਵਾਈਡ ਕੀਤੇ ਗਏ ਅੱਜ ਵੀ ਪਹਿਲਾਂ ਸਭ ਤੋਂ ਪਹਿਲਾਂ ਉਹਨੂੰ ਗੁਰਦੁਆਰੇ ਦੇ ਵਿੱਚ ਦਿਖਾਇਆ ਗਿਆ ਉਸ ਤੋਂ ਬਾਅਦ ਉਹ ਇਤਸ ਇੱਕ ਕਾਈਂਡ ਆਫ ਸਰੈਂਡਰ ਜਿਹਦੇ ਵਿੱਚ ਇੰਨਾ ਦਿਖਾਇਆ ਗਿਆ ਹਮ ਕਿ ਉਸ ਤੋਂ ਬਾਅਦ ਪੁਲਿਸ ਲੱਗੀ ਹਮ ਹਮ ਪਹਿਲਾਂ ਪਹਿਲਾਂ ਦਿਖਾਇਆ ਕਿ ਜੀਰਕਪੁਰ ਤੋਂ ਫੜਿਆ ਫਿਰ ਜੀਰਕਪੁਰ ਤੋਂ ਕਰਨਾਲ ਹੋ ਗਿਆ ਹਮ ਉਸ ਤੋਂ ਬਾਅਦ ਹਰਪ੍ਰੀਤ ਜੀ ਇੱਕ ਚੀਜ਼ ਹੋਰ ਦੱਸਣੀ ਚਾਹਨਾ ਜੀ 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 ਅੱਜ ਜਿੰਨੇ ਜਿੰਨੇ ਯੂਪੀ ਦੇ ਵਿੱਚ ਕੇਸ ਸੀ ਜਿਹੜਾ ਹਾਈ ਕੋਰਟ ਆਪਣਾ ਅਲਾਹਾਬਾਦ ਹਾਈ ਕੋਰਟ ਹਮ ਉਨੇ ਉਹਨੇ ਸਾਰੇ ਬੱਚਿਆਂ ਨੂੰ ਜਿਹੜਾ ਹੈ ਉਹ ਖਾਰਜ ਕਰਦਾ ਜੀ ਮੀਨਸ ਕੇਸਸ ਖਤਮ ਕੀਤੇ ਨੇ ਇਹ ਪਹਿਲਾ ਹਿੱਸਾ ਹੈ ਹੁਣ ਇਸ ਤੋਂ ਬਾਅਦ ਜਦੋਂ ਦਿੱਲੀ ਵਾਲੇ ਕੇਸਸ ਆਣਗੇ ਜੀ ਕੋਰਟ ਦੇ ਵਿੱਚ ਉਹਦਾ ਤੁਸੀਂ ਅਲਾਬਾਦ ਹਾਈ ਕੋਰਟ ਦਾ ਅੱਜ ਦਾ ਜਿਹੜਾ ਡਿਸੀਜਨ ਹੈ ਉਹ ਫੇਵਰ ਚ ਜਾਏਗਾ ਹੂੰ ਮੈਂ ਮੈਂ ਅੱਜ ਦੇ ਰਿਐਕਸ਼ਨ ਚ ਨਾ ਤੁਸੀਂ ਮੈਂ ਅੱਜ ਸਾਰਾ ਦਿਨ ਐਕਚੁਅਲੀ ਗਾਜ਼ੀਪੁਰ ਸੀ ਜੀ ਗਾਜ਼ੀਪੁਰ ਦੇ ਵਿੱਚ ਦੋ ਲਾਈਨਾਂ ਬੋਲੀਆਂ ਗਈਆਂ ਜਿਹੜੀਆਂ ਮੈਂ ਤੁਹਾਨੂੰ ਦੁਬਾਰਾ ਕਹਾਂਗਾ ਹੂੰ 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 ਜ਼ਿੰਦਗੀ से बड़ी सज़ा ही नहीं आगे क्या ज़ुल्म है पता ही नहीं ਹੂੰ ਕੀ ਬਾਤ ਸੱਚ ਘਟੇ ਜਾਂ ਵੜੇ ਸੱਚ ਨਾ ਰਹੇ ਝੂਠ ਕੀ ਕੋਈ ਇੰਤਿਹਾਈ ਨਹੀਂ ਤੁਸੀਂ ਤੁਸੀਂ ਕੁਫਰ ਤੋਲ ਰਹੇ ਹੋ ਹੋਰ ਕੁਝ ਨਹੀਂ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ ਇਹ ਕਿਹਨਾਂ ਦਾ ਬੰਦਾ ਹੈ ਔਰ ਉਹੀ ਅੱਜ ਇੱਕ ਡਰਾਮਾ ਕੀਤਾ ਗਿਆ ਲੱਖਾਂ ਸਿਧਾਣਾ ਵੇਲੇ ਵੀ ਇਹੀ ਡਰਾਮਾ ਕੀਤਾ ਜਾਏਗਾ ਇਹ ਗੱਲ ਇਹ ਗੱਲ ਪ੍ਰੋਫੈਸਰ ਵਿਨਾਸ਼ ਮੈਂ ਤੁਹਾਡੇ ਤੋਂ ਸਮਝਣਾ ਚਾਹਨਾ ਪਰ ਤੁਸੀਂ ਚਲੋ ਇਹ ਤੁਹਾਡਾ ਤਰਕ ਹੈਗਾ ਤੁਹਾਡਾ ਮਤ ਹੈਗਾ ਜੋ ਅਸੀਂ ਉਸਤੇ ਕੋਈ ਕਿੰਤੂ ਪਰੰਤੂ ਨਹੀਂ ਕਰਦੇ ਪਰ ਤੁਹਾਨੂੰ ਨਹੀਂ ਲੱਗਦਾ ਕਿ ਅੱਜ ਫੇਰ ਇਦਾਂ ਦਾ ਕੁਝ ਹੋਇਆ ਉਸ ਤੋਂ ਬਾਅਦ ਜਿਹੜਾ ਮੁੱਖ ਫੋਕਸ ਸੀਗਾ ਮੇਨ ਜਿਹੜੀ ਜਿਸ ਗੱਲ ਤੇ ਸਾਰਿਆਂ ਨੂੰ ਗੱਲ ਕਰਨੀ ਚਾਹੀਦੀ ਸੀ ਉਥੋਂ ਇੱਕ ਵਾਰ ਫਿਰ ਤੋਂ ਧਿਆਨ हट ਗਿਆ ਫਿਰ ਧਿਆਨ ਡਾਇਵਰਟ ਹੋ ਗਿਆ ਦੂਜੀ ਗੱਲ ਜਿਹੜੇ ਲੋਕ ਮੈਂ ਤੁਹਾਨੂੰ ਜਿਸ ਤਰ੍ਹਾਂ ਪਹਿਲਾਂ ਕਿਹਾ ਵੀ ਤਾਰਨਾਵਾ ਜਿਹੜੀਆਂ ਚੇਂਜ ਹੋ ਗਈਆਂ ਟਿਲਟ ਹੋ ਗਈਆਂ ਦੋ ਹਿਸੰਦੇ ਵਿੱਚ ਵੰਡੀਆਂ ਗਿਆ ਅੱਜ ਵੀ ਬੜੇ ਸਾਰੇ ਲੋਕ ਅਜਿਹੇ ਨੇ ਜਿਹੜੇ ਕਿਸਾਨ ਜੱਥੇਬੰਦੀਆਂ ਦੇ ਨਾਲ ਖੜਦੇ ਨੇ ਅੱਜ ਵੀ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਦੀਪ ਸਿੱਧੂ ਤੇ ਲੱਖਾ ਸਦਾਨਾਂ ਦਾ ਖੜਦੇ ਨੇ ਇਹਦਾ ਮਤਲਬ ਹੈ ਕੀ ਸਮਝਾਂ ਇਹਦਾ ਮਤਲਬ ਇਹ ਸਮਝਾਂ ਕਿ ਸਰਕਾਰ ਕਾਮਯਾਬ ਹੋਈ ਹੈ ਜਾਂ ਇਹਦਾ ਮਤਲਬ ਹੈ ਸਮਝਾਂ ਕਿ ਸਾਡੀਆਂ ਕਿਸਾਨ ਜੱਥੇਬੰਦੀਆਂ ਫੇਲ ਹੋ ਰਹੀਆਂ ਨੇ ਹਰਪ੍ਰੀਤ ਜੀ ਜੇ ਸਰਕਾਰ ਕਾਮਯਾਬ ਹੋ ਰਹੀ ਹੁੰਦੀ ਅੱਜ ਰਾਜ ਸਭਾ ਚ ਸਾਡਾ ਪ੍ਰਧਾਨ ਸੇਵਕ ਉਸ ਤਰ੍ਹਾਂ ਅਥਰੂ ਅਥਰੂ ਨਾ ਬਹੰਦਾ ਜਿਸ ਤਰ੍ਹਾਂ ਇੱਕ ਦਿਨ ਰਕੇਸ਼ ਟਿਕੈਤ ਨੇ ਬਹਾਈ ਸੀ ਅਥਰੂ ਕਿਦੇ ਲਈ ਬਹਾਈ ਗੁਲਾਮ ਨਬੀ ਆਜ਼ਾਦ ਲਈ ਕਿਉਂਕਿ ਅੱਜ ਉਹ ਰਿਟਾਇਰ ਹੋ ਰਹੇ ਸੀ ਕਾਂਗਰਸ ਦਾ ਲੀਡਰ ਅੱਜ ਹੁਣ ਤੁਸੀਂ ਲੱਭ ਰਹੇ ਹੋ ਆਪਣੇ ਲਈ ਜੰਮੂ ਕਸ਼ਮੀਰ ਦੇ ਵਿੱਚ ਫਿਊਚਰ ਲੀਡਰ ਤੁਹਾਨੂੰ ਉਹਨੂੰ ਬਾਰ-ਬਾਰ ਦਿਖਾਣਾ ਅੱਜ ਥੋੜੇ ਦਿਨ ਤੋਂ ਬਾਰ-ਬਾਰ ਸਾਡੇ ਪ੍ਰਧਾਨ ਸੇਵਕ ਹੂੰ ਅ ਪਾਵਕ ਹੋ ਰਹੇ ਨੇ ਜੀ ਉਹ ਕਦੇ ਪਹਿਲਾਂ ਪਾਵੋ ਖੁੰਦੇ ਸੀ ਹੂੰ ਮੈਂ ਮੈਂ ਹਰਪ੍ਰੀਤ ਜੀ ਰੁਕ ਰੁਕ ਕੇ ਤਾਂ ਬੋਲ ਰਿਹਾ ਮੇਰੀ ਆਵਾਜ਼ ਮੈਨੂੰ ਬਾਖ ਸੁਣਾਈ ਦਿੰਦੀ ਹੈ ਜੀ 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 ਮੈਂ ਸਮਝ ਸਕਦਾ ਬਿਲਕੁਲ ਬਿਲਕੁਲ ਠੀਕ ਹੈ ਪ੍ਰੋਫੈਸਰ ਬਨਾਸ ਜੀ ਮੈਂ ਇੱਕ ਮਿੰਟ ਆਇਆ ਵਾਪਸ ਤੁਹਾਡੇ ਕੋਲ ਮੈਂ ਇਸੇ ਤੇ ਦੁਬਾਰਾ ਆਣਾ ਇੱਕ ਮਿੰਟ ਆਣਾ ਮੈਂ ਹਰਜੀਤ ਸਿੰਘ ਗਰਵਾਲ ਹੋ ਰਹਾ ਤਾਂ ਇੱਕ ਜਲਦੀ ਦੇ ਵਿੱਚ ਰਿਐਕਸ਼ਨ ਵਾ ਫਿਰ ਅੱਗੇ ਬਦਾਂ ਗਰਵਾਲ ਸਾਹਿਬ ਜਿਸ ਤਰ੍ਹਾਂ ਜਸ ਡਰ ਨੂੰ ਪ੍ਰਗਟਾਇਆ ਗਿਆ ਗਰਗ ਸਾਹਿਬ ਵੱਲੋਂ ਕਿ ਇਹ ਮੈਨੂੰ ਡਰ ਲੱਗ ਰਿਹਾ ਔਰ ਉਹਦੀਆਂ ਬੜੀਆਂ ਸਾਰੇ ਹਿੰਟਸ ਸਾਨੂੰ ਮਿਲ ਵੀ ਰਹੇ ਨੇ ਮੈਂ ਇਹ ਸਮਝਣਾ ਚਾਹਨਾ ਤੁਸਲਰ ਨਿਸ਼ਾਨ ਸਾਹਿਬ ਵੀ ਨਹੀਂ ਮੰਨਦੇ ਤੇ ਕਈ ਲੋਕ ਤਾਂ ਕ ਇਹ 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 ਮੰਨ ਕੇ ਚੱਲਿਆ ਜਾ ਸਕਦਾ ਹੈ ਕਿ ਸੈਮਲਟੇਨੀਅਸ ਇੱਕ ਕੈਂਪੇਨ ਖੜੀ ਕੀਤੀ ਜਾ ਰਹੀ ਹੈ ਡਿਫੇਮ ਕਰਨ ਦੇ ਲਈ ਇਸ ਸੰਘਰਸ਼ ਨੂੰ ਔਰ ਉਸ ਤੋਂ ਵੀ ਵੱਡੇ ਡਰ ਤੇ ਖਤਰੇ ਵਾਲੀ ਮੈਨੂੰ ਗੱਲ ਇਹ ਨਜ਼ਰ ਆਉਂਦੀ ਹੈ ਕਿ ਪ੍ਰਧਾਨ ਮੰਤਰੀ ਇੱਕ ਖਾਸ ਧਰਮ ਦੀ ਜਦੋਂ ਗੱਲ ਕਰਦੇ ਨੇ ਪਹਿਲੇ ਦਿਨ ਤੋਂ ਜਦੋਂ ਇਹ ਕਿਹਾ ਜਾ ਰਿਹਾ ਕਿ ਇਹ ਨਾ ਤਾਂ ਧਰਮ ਦਾ ਨਾ ਜਾਤ ਦਾ ਨਾ ਫਿਰਕੇ ਦਾ ਨਾ ਸੂਬੇ ਦਾ ਸੰਘਰਸ਼ ਹੈ ਇਹ ਸੰਘਰਸ਼ ਕਿਸਾਨੀ ਦਾ ਹੈ ਫਿਰ ਜਦੋਂ ਅੰਦਰ ਇੱਕ ਖਾਸ ਧਰਮ ਦੀ ਗੱਲ ਕੀਤੀ ਜਾਂਦੀ ਹੈ ਤੇ ਇਹ ਵੀ ਕਿਹਾ ਜਾਂਦਾ ਹੈ ਕਿਸ ਧਰਮ ਦਾ ਬੜਾ ਸਨਮਾਨ ਹੈ ਅਨਡਾਇਰੈਕਟ ਤਰੀਕੇ ਨਾਲ ਇਨਡਾਇਰੈਕਟ ਤਰੀਕੇ ਨਾਲ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਹ ਸਿੱਖਾਂ ਦਾ ਸੰਘਰਸ਼ ਹੈ ਇੱਥੇ ਤੁਹਾਨੂੰ ਲੱਗਦਾ ਨਹੀਂ ਕਿ ਇਹ ਸਿਮਲਟੇਨੀਅਸਿਕ ਕੈਂਪੇਨ ਖੜੀ ਕੀਤੀ ਜਾ ਰਹੀ ਹੈ ਬਿਲਕੁਲ ਜੀ ਇਹ ਗਿਣੀ ਮਿਥੀ ਸਾਜਸ਼ੀ ਧਰਨਾ ਲੱਗਿਆ ਧਰਨੇ ਨੂੰ ਕਿਸੇ ਤਰੀਕੇ ਨਾਲ ਫੇਲ ਕਰਨਾ ਸੀ ਉਹ ਕੁਦਰਤੀ ਰੱਬ ਦੀ ਮਿਹਰ ਹੈ ਸੱਚੇ ਪਾਤਸ਼ਾਹ ਜੀ ਫਿਰ ਵੀ ਜਿਹੜਾ ਲੋਕਾਂ ਨੇ ਪ੍ਰਚਾਰਿਆ ਉਹਨੂੰ ਆਪਣੇ ਪੂਰੇ ਦੇਸ਼ ਦੇ ਜਿਹੜੇ ਸੁਝਵਾਨ ਲੋਕ ਸੀ ਉਹਨਾਂ ਨੇ ਉਸ ਚੀਜ਼ ਨੂੰ ਨਕਾਰਿਆ ਜਿਹੜਾ ਗੋਦੀ ਮੀਡੀਆ ਨੇ ਪ੍ਰਚਾਰ ਕੀਤਾ ਈਵਨ ਕਿ ਇਗਨੋਰੈਂਟ ਦੇ ਵਿੱਚ ਜਾਂ ਤੁਸੀਂ ਕਿਸੇ ਜਾਂ ਸਾਜਿਸ ਨਾਲ ਲਾ ਲਓ ਜਾਂ ਇਗਨੋਰੈਂਟ ਨਾਲ ਲਾ ਲਓ ਆਪਣੇ ਦੇਸ਼ ਦੇ ਵੱਡੇ ਵੱਡੇ ਨੇਤਾਵਾਂ ਨੇ ਜਿਹੜੇ ਅੱਜ ਇੱਕ ਧਿਰ 'ਚ ਕਾਬਜ ਨੇ ਉਹਨਾਂ ਨੇ ਵੀ ਇਸ ਨੂੰ ਖਾਲਸਾਤਨ ਦਾ ਝੰਡਾ ਖਾਲਸਾਤਨ ਦਾ ਝੰਡਾ ਕਿੱਥੋਂ ਮੰਨਤਾ ਪ੍ਰਾਪਤ ਹੈ ਜੀ ਕਿਹਨੇ ਖਾਲਸਾਤਨ ਬਣਾਤਾ ਝੰਡਾ ਖਾਲਸਾਤਨ ਦਾ ਝੰਡਾ ਬਣਾਤਾ ਇੱਕ ਉਹ ਕੇਸਰੀ ਜਿਹੜਾ ਕਪੜਾ ਸੀ ਉਹ ਜਿਹੜਾ ਪ੍ਰਧਾਨ ਮੰਤਰੀ ਜੀ ਉਹਨੇ ਬੰਗਲਾ ਸਾਹਿਬ ਗਏ ਉਹਨਾਂ ਨੇ ਆਪਣੇ ਮੱਥੇ ਤੇ ਵੀ ਲਪੇਟਿਆ ਹੋਇਆ ਸੀਗਾ ਤੇ ਉਹ ਇੱਕ ਉਸੇ ਦੀ ਇੱਕ ਜਿਹੜੀ 4 ਫੁੱਟ ਡੇਢ ਫੁੱਟ ਦੀ ਇੱਕ ਛੱਡੀ ਸੀ ਉਹਨੇ ਡੰਡੇ ਚ ਪਾ ਕੇ ਉੱਤੇ ਚੁਲਾ ਦਿੱਤੀ ਜੇ ਜੇ ਖਾਲਿਸਤਾਨ ਦਾ ਝੰਡਾ ਹੁੰਦਾ ਫਿਰ ਦੇਸ਼ ਤਰੋ ਦਾ ਮਸਲਾ ਬਣਦਾ ਸੀ ਉਹ ਉਦੋਂ ਮੌਕਾ ਦੇਖਿਆ ਜਾਂਦਾ ਜੀ ਜੇ ਕੋਈ ਇਹੋ ਜਿਹਾ ਮੌਕਾ ਹੁੰਦਾ ਉਹ ਲੀਗਲ ਇਸ਼ੂ ਬਥੇਰੇ ਇਹੋ ਜਿਹੋ ਹੁੰਦੇ ਪਰ ਇਹਦੇ ਕਿ ਚੰਡੀ ਸੀ ਜੀ ਇਹਨਾਂ ਨੇ ਇੱਕ ਜੋਸ਼ ਚਾਕੇ ਜਾਂ ਕਿਸੇ ਤਰੀਕੇ ਨਾਲ ਉੱਥੇ ਜਾ ਕੇ ਮੁੰਡਿਆਂ ਨੇ ਕੀਤਾ ਔਰ ਦੂਸਰੀ ਗੱਲ ਉਸ ਨੂੰ ਇੱਥੇ ਤੱਕ ਕੀਤਾ ਗਿਆ ਜੀ ਜਾਣ ਕੇ ਇੱਕ ਮਤਲਬ ਇਹ న్యూਸ ਰੂਮਾਂ ਦੇ ਵਿੱਚ ਬੈਠ ਕੇ ਉਹਨਾਂ ਨੇ ਇਹ ਕਿਹਾ ਕਿ ਤਿਰੰਗੇ ਨੂੰ ਹਟਾ ਕੇ ਉਹਦੇ ਤੇ ਲਾਤਾ ਜਦ ਕਿ ਸਾਰੀ ਦੁਨੀਆ ਦੇਖ ਰਹੀ ਸੀ ਉਹ ਕਲੀਅਰ ਹੋਈ ਉਹਦੇ ਬਾਅਦ ਔਰ ਉਸ ਨੂੰ ਸਾਰਾ ਇੱਕ ਕੌਮ ਦੇ ਉੱਪਰ ਸਿੱਟ ਦੇਣਾ ਉਸ ਨੂੰ ਇੱਕ ਅੰਦੋਲਨ ਨੂੰ ਬਦਨਾਮ ਕਰ ਦੇਣਾ ਉਸ ਜੋ ਇੱਕ ਉੱਭਰ ਕੇ ਜਦੋਂ ਦੁਨੀਆ ਨਾਲ ਖੜੀ ਕਿ ਨਹੀਂ ਇਹ ਸਾਰਾ ਗੋਦੀ মিডিਆ ਤੇ ਹੋਰ ਜਿਹੜੇ ਇਹ ਕਾਬਜ ਲੋਕ ਨੇ ਲੋਕਾਂ ਨੂੰ ਸਹੀ ਪੋਜੀਸ਼ਨ ਨਹੀਂ ਦੱਸ ਰਹੇ ਗਲਤ ਬਸੇ ਕਰ ਰਹੇ ਨੇ ਉਸ ਤੋਂ ਬਾਅਦ ਜਦੋਂ ਇਹ ਗੱਲ ਕਲੀਅਰ ਹੋਈ ਹੈ ਕਿ ਨਹੀਂ ਹੁਣ ਇਹ ਨਿਸ਼ਾਨ ਸਾਹਿਬ ਨਹੀਂ ਇਹ ਇੱਕ ਚੰਡੀ ਸੀ ਤਾਂ ਜਾ ਕੇ ਗੱਲ ਕਿਤੇ ਜਾ ਕੇ ਖੜੀ ਆ ਪਰ ਇਹ ਜਿੰਨੀ ਗਿਣੀ ਮਿੱਠੀ ਇੱਕ ਸਾਜਿਸ਼ ਸੀ ਉਹ ਇਸ ਅੰਦੋਲਨ ਨੂੰ ਜਿਹੜਾ ਐਡਾ ਬੜਾ ਜ਼ਬਰਦਸਤ ਇੱਕ ਹੰਗਾਰਾ ਲੈ ਕੇ ਦੇਸ਼ ਦੇ ਵਿੱਚ ਚੱਲ ਰਿਹਾ ਉਸ ਨੂੰ ਫੇਲ ਕਰਨ ਦੀ ਇੱਕ ਸਾਜਿਸ਼ ਸੀ ਜਿਹੜੀ ਫੇਰ ਵੀ ਅੱਜ ਤੱਕ ਜੇ ਮੈਂ ਕਹਿ ਦਵਾਂ ਕਿ ਉਹ ਆਪਣੇ ਦੇਸ਼ ਦੇ ਸੂਝਵਾਨ ਲੋਕਾਂ ਨੇ ਉਹਨੂੰ ਅਸਫਲ ਬਣਾ ਦਿੱਤਾ ਹਮ ਪਰਲ ਗਰਕ ਸਾਹਿਬ ਇਹ ਸਾਰੇ ਦੇ ਵਿੱਚੋਂ ਆਪਾਂ ਨੂੰ ਕੁਝ ਮਿਲ ਪਾਇਆ ਆਉਟਪੁੱਟ ਕੁਝ ਮਿਲੀ ਹੈ ਜੋ ਸੀ 26 ਤਰੀਕ ਨੂੰ ਕੀਤਾ ਚੰਗਾ ਹੋਇਆ ਮੜਾ ਹੋਇਆ ਉਹਦੀ ਆਉਟਪੁੱਟ ਕੁਝ ਪ੍ਰਾਪਤ ਕਰ ਪਾਏ ਆ ਸੀ ਜੇ ਕੋ ਉਹਦੇ ਵਿੱਚ ਹਰਪ੍ਰੀਤ ਜੀ ਬਿਲਕੁਲ ਸਵਾਲ ਵਧੀਆ ਇਹ ਸਵਾਲ ਹੋਣਾ ਚਾਹੀਦਾ ਅਸੀਂ ਜਿਸ ਜੇ 26 ਤਰੀਕ ਨੂੰ ਇਹ ਨਾ ਹੁੰਦਾ ਇਹਦੀ ਗਲਤੀ ਪ੍ਰਾਪਤ ਕਰਿਆ ਤੋ ਤੇ ਮੈਂ ਜਾਨਾ 26 ਤਰੀਕ ਨੂੰ ਜੇ ਨਾ ਹੁੰਦਾ ਤਾਂ ਇੱਡਾ ਵੱਡਾ ਇੰਟਰਨੈਸ਼ਨਲ ਪ੍ਰੈਸ਼ਰ ਬਣਨਾ ਸੀ ਉਸ ਟਰੈਕਟਰ ਮਾਰਚ ਦਾ ਜਿੱਥੇ ਲੋਕ ਫੁੱਲ ਵਰਸਾ ਰਹੇ ਨੇ ਮਠਾਈਆਂ ਵੰਡ ਰਹੇ ਨੇ ਕੀ ਹੋ ਸਕਦਾ ਕਾਨੂੰਨ ਵਾਪਸ ਲੈਣੇ ਪੈਂਦੇ ਸਰਕਾਰ ਨੂੰ ਇੰਨਾ ਪ੍ਰੈਸ਼ਰ ਬਣਨਾ ਸੀ ਉਹ ਉਹ ਪ੍ਰੈਸ਼ਰ ਤੋੜਿਆ ਪ੍ਰਾਪਤੀ ਅਸੀਂ ਕੀ ਕਰੀਆ ਨਾ ਤਾਂ ਸਾਨੂੰ ਵੱਧ ਅਧਿਕਾਰ ਮਿਲੇ ਨੇ ਪੰਜਾਬ ਨੂੰ ਹੋਰ ਛੇਤੀ ਲਈ ਜਾ ਰਹੀ ਹੈ ਸਟੇਟਾਂ ਨੂੰ ਜਿਹੜੇ ਪੈਸੇ ਦੇਣੇ ਸੀ ਜੀਐਸਟੀ ਦੇ ਉਹ ਹੋਰ ਘਟਾਤੇ ਇੱਕ ਲੱਖ ਘਟਾ ਜਿਹੜਾ ਸਵਾਰਕ ਤੋਂ ਜੂਰੀਏ ਦੀ ਸਬਸਿਡੀ ਘਟਾਤੀ ਕ੍ਰੌਪ ਇਨਸ਼ੋਰੈਂਸ ਦੀ ਸਪੈਸਿਟੀ ਉਹ ਘਟਾਤਾ ਤੁਸੀਂ ਸਿੰਚਾਈ ਦੇ ਉੱਤੇ ਘਟਾ ਦਿੱਤਾ ਤੇ ਤੁਸੀਂ ਜਿਹੜੇ ਨੌਨ ਨਿਊਟ੍ਰੀਸ਼ਨ ਪ੍ਰੋਟੀਨਸ ਨੇ ਉਹਨਾਂ ਨੂੰ ਤੁਸੀਂ ਨਾਈਟ੍ਰੋਜਨ ਵਾਲੇ ਉਹਨਾਂ ਦੇ ਉੱਤੇ ਸਬਸਿਡੀ ਘਟਾਤੀ ਤੁਸੀਂ ਜਿਹੜੀ ਫੂਡ ਖਰੀਦਣੀ ਆ ਜਿਹੜੇ ਮੇਜ ਆਪਾਂ ਨੂੰ ਪਤਾ ਮੇਨ ਪੰਜਾਬ ਤੋਂ ਖਰੀਦੀ ਜਾਂਦੀ ਆ 4 ਲੱਖ 34000 ਕਰੋੜ ਤੋ ਘਟਾ ਕੇ 250000 ਕਰੋੜ ਕਰਤਾ ਸੋ ਤੁਸੀਂ ਸਾਰਾ ਕੁਛ ਇਹ ਪ੍ਰਾਪਤੀ ਕੀ ਕਰੀਆ ਇੱਕ ਪਾਸੇ ਸਾਡਾ ਸਾਰਾ ਇਹ ਗਿਆ ਦੂਜੇ ਪਾਸੇ ਮੈਂ ਜਿਹੜਾ ਪਹਿਲਾਂ ਵੀ ਕਹਣਾ ਦੂਜੇ ਪਾਸੇ ਅੰਦੋਲਨ ਨੂੰ ਤੜ ਗਈ ਉਹ ਗੱਲ ਵੱਖਰੀ ਆ ਉਹ ਖੜਾ ਹੋ ਗਿਆ ਤੇ ਤੀਜੇ ਪਾਸੇ ਉਹਦੇ ਵਿੱਚ ਇਹ ਹੋਇਆ ਕਿ ਸਾਡੇ ਪੰਜਾਬੀਆਂ ਨੂੰ ਤੇ ਵਿਸ਼ੇਸ਼ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਉਹ ਟਾਰਗੇਟ ਕਰਿਆ ਜਾ ਰਿਹਾ ਬਦਨਾਮ ਬਿਨ ਮਤਲਬ ਦੇ ਜਿੰਨੇ ਦੇਸ਼ ਭਗਤ ਮੈਂ ਕੱਬ ਕਿਹਾ ਸੀ ਮੈਂ ਹੁਣ ਵੀ ਕਹਿਣਾ ਇਹ ਆਰਐਸਐਸ ਬਰਨਾਮ ਕਰ ਰਿਹਾ ਸਿੱਧਾ ਮੈਂ ਤੁਹਾਨੂੰ ਮੇ ਮੇਰਾ ਰਾਈਟ ਹੈ ਨਾ ਚਾਰਜ ਲਾਉਣ ਦਾ ਆਰਐਸਐਸ ਬੀਜਪੀ ਕਰਦੀ ਹੈ ਇਹ ਲਿਸਟ ਦੇ ਦੇ ਨਾਲ ਆਪਦੀ ਕਿੰਨੇ ਕਾਲੇ ਪਾਣੀ ਚ ਗਏ ਕਿੰਨਿਆਂ ਨੇ ਫਾਂਸੀ ਚੱਲੀ ਕਿੰਨਿਆਂ ਦੀਆਂ ਜਾਇਦਾਦਾਂ ਕੁਲ ਖੋਈਆਂ ਨਹੀਂ ਮੈਂ ਲਿਸਟ ਦੇਣਾ ਵੀ ਕਿੰਨੇ ਪੰਜਾਬੀਆਂ ਨੇ ਕਿੰਨੇ ਸਿੱਖਾਂ ਨੇ ਕਾਲੇ ਪਾਣੀ ਰਹੇ ਕਿੰਨੀਆਂ ਜੇਡਾਂ ਹੋਈਆਂ ਕਿੰਨੀਆਂ ਉਹਦੇ ਵਿੱਚ ਆਪਣੀਆਂ ਸ਼ਹੀਦੀਆਂ ਹੋਈਆਂ ਤੇ ਕਿੰਨਿਆਂ ਦੀਆਂ ਜਾਇਦਾਦਾਂ ਕੁਲ ਖੋਈਆਂ ਇਹ ਉਹਦੇ ਮੁਕਾਬਲੇ ਹਜ਼ਾਰਾਂ ਦਾ ਹਿੱਸਾ ਵੀ ਦਿਖਾ ਦੇਣਾ ਫਿਰ ਤਰੰਗੇ ਝੰਡੇ ਦੇ ਰਾਖੇ ਕੌਣ ਹੋਏ ਪੰਜਾਬੀ ਹੋਏ ਆ ਮੈਂ ਹੁਣੀ ਪੜ ਰਿਹਾ ਸੀ ਉਹਦੇ ਵਿੱਚ ਸਿੰਘ ਉਹਨਾਂ ਨੂੰ ਸਿੰਘਾਂ ਨੂੰ ਐ ਪਛਦਨ ਦੇ ਦੇ ਕੇ ਮਾਰਿਆ ਜਾਂ ਤਸੀਹੇ ਦੇ ਦੇ ਕੇ ਕੁੱਟਾ ਜਾ ਰਿਹਾ ਉਸੇ ਕੋਲੇ ਤੁਸੀਂ ਮੰਨੋਗੇ ਅੰਗਰੇਜ਼ੀ ਸਰਕਾਰ ਉਸੇ ਕੋਲੇ ਚ ਪਿਸ਼ਾਬ ਕਰਨਾ ਪੈ ਰਿਹਾ ਉਸੇ ਚ ਟੱਟੀ ਕਰਨੀ ਪੈ ਰਹੀ ਹੈ ਉਸੇ ਚ ਪਾਣੀ ਪੀਣਾ ਪੈ ਰਿਹਾ ਇਹਨਾਂ ਮੁੰਡਿਆਂ ਨੇ ਕਦੇ ਦੇਖਿਆ ਨਹੀਂ ਜਿਨ੍ਹਾਂ ਲੋਕਾਂ ਨੇ ਸੰਘਰਸ਼ ਕਰਨੇ ਸ਼ਾਂਤਮਈ ਉਹਨਾਂ ਨੇ ਇੱਕ ਪਰਿਵਾਰ ਦੇ ਚਾਰ ਜੀ ਜਾ ਰਹੇ ਸੀ ਇੱਥੇ ਜੱਤੋ ਦੇ ਮੋਰਚੇ ਤੇ ਪਹਿਲਾਂ ਇੱਕ ਮੁੰਡਾ ਮਰ ਗਿਆ ਫੇਰ ਉਹਦੀ ਘਰ ਵਾਲੀ ਮਰ ਗਈ ਫੇਰ ਉਹਦਾ ਬੱਚਾ ਮਰ ਗਿਆ ਗੋਲੀ ਚੱਲ ਰਹੀ ਸੀ ਪੁਲਿਸ ਦੀ ਜਿਹੜੀ ਬੀਬੀ ਸੀ ਉਹ ਫਸ ਗਈ ਉਥੋਂ ਲੋਕ ਕਹਿੰਨ ਕਿਥੇ ਗਈ ਅੱਗੇ ਜਾ ਕੇ ਉਹਨੇ ਚੜ੍ਹਾ ਚੜ੍ਹਾ ਆ ਹੀ ਕਿਸੇ ਨੂੰ ਇਨਸ਼ਾਅ ਉਹ ਜੱਤ ਗੁਰਦੁਆਰੇ ਗੰਗਸਾ ਗੁਰਦੁਆਰੇ ਤੇ ਚੜ੍ਹਾ ਪਾ ਇਹ ਇਹੋ ਜਿਹੇ ਕੁਰਬਾਨੀਆਂ ਦਿੱਤੀਆਂ ਨੇ ਇਹ ਐ ਨਹੀਂ ਆ ਐਵੇਂ ਆ ਗਿਆ ਸੋ ਅੱਜ ਸਾਨੂੰ ਇੱਕ ਪਾਸੇ ਬਦਨਾਮ ਕਰਿਆ ਜਾ ਰਿਹਾ ਹੈ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਸਾਨੂੰ ਟਾਰਗੇਟ ਬਣਾਇਆ ਜਾ ਰਿਹਾ ਜਿੱਥੇ ਅਸੀਂ ਪੂਰੀ ਦੁਨੀਆ ਦੇ ਵਿੱਚ ਆਪਾਂ ਤੁਸੀਂ ਕਹਿੰਦੇ ਕੀ ਪ੍ਰਾਪਤ ਕਰਿਆ ਸਾਡਾ ਪੂਰੀ ਦੁਨੀਆ ਜਿਹੜਾ ਬੱਦੂ ਕਰਿਆ ਹੋਇ ਸੀ ਇਹਨਾਂ ਨੇ ਪੂਰੀ ਦੁਨੀਆ ਨੇ ਪਤਾ ਲੱਗਾ ਯਾਰ ਸਿੱਖ ਤਾਂ ਬੜੀ ਚੰਗੇ ਨੇ ਇੰਨਾ ਤਾਂ ਧਰਮ ਵੀ ਬੜਾ ਚੰਗਾ ਹੈ ਹੱਕ 'ਚ ਖੜੇ ਵੀ ਹੋਏ ਇਹਦਾ ਫਲਸਫਾ ਬੜਾ ਚੰਗਾ ਹੈ ਸਾਰੀ ਦੁਨੀਆ ਸਾਡੇ ਹੱਕ 'ਚ ਖੜੀ ਹੋ ਗਈ ਸੀ ਹੁਣ ਵੀ ਹਾਲਾਂਕਿ ਇਹਨਾਂ ਡੈਮੇਜ ਵੀ ਕਰ ਸਕੇ ਪਰ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਹੈ ਕਿ ਸਾਡੀ ਜਿਹੜੀ ਉਹ ਇੱਜ਼ਤ ਪੱਗ ਸਾਡੀ ਸਿਰ ਤੇ ਮੋੜ ਰੱਖੀ ਗਈ ਸੀ ਉਹ ਨਹੀਂ ਹੈ ਹੁਣ ਇਹ ਨੌਜਵਾਨ ਫੈਸਲਾ ਕਰ ਰਣ ਦੂਜੀ ਜਿਹੜਾ ਤੁਹਾਡਾ ਸਵਾਲ ਹੈ ਅੱਜ ਮੈਂ ਸਾਰੀਆਂ ਕਿਸਾਨ ਜੱਟ ਬੰਦੀਆਂ ਦਾ ਸੁਣਿਆ ਕਿਸੇ ਕਿਸਾਨ ਸਾਰੇ ਉੱਥੇ ਆਮ ਸਧਾਰਨ ਕਿਸਾਨਾਂ ਨੂੰ ਪੁੱਛਿਆ ਟੀਵੀ ਵਾਲਿਆਂ ਨੇ ਉਹ ਕਹਿੰਦੇ ਜਿਸ ਤਰ੍ਹਾਂ ਜੱਟ ਬੰਦੀਆਂ ਨੇ ਨਾਲ ਪਰਸੋਂ ਮੈਂ ਰੋਪੜ ਸੀਗਾ ਰੋਪੜ ਦਾ ਬੜਾ ਵੱਡਾ ਕੱਟ ਹੈ ਉਹ ਰੋਕੇ ਹੋਇਆ ਸੀ ਨਾ 6 ਤਰੀਕ ਨੂੰ ਉੱਥੇ ਰੋਪੜ ਸਾਰੇ ਕਹਿੰਦੇ ਕੋਈ ਆਪਾਂ ਜੋ ਹੋ ਗਿਆ ਹੋ ਗਿਆ ਹੁਣ ਇੱਕ ਤਾਂ ਸ਼ਾਂਤਮਈ ਰਹਿਣੇ ਕਿ ਦੂਜੇ ਪਿੰਡਾਂ ਚੋਂ ਜੇ ਆਪਾਂ 5-5 ਬੰਦੇ ਵੀ ਭੇਜੀਏ ਤਾਂ 65000 ਬੰਦਾ ਜਾ ਰਿਹਾ ਹੋ ਕੋਲ ਸੋ ਉੱਥੇ ਸ਼ਾਂਤਮਈ ਰਹਿਣ ਦਾ ਇਹ ਹੀ ਕਰਨ ਦਾ ਸਾਰਾ ਕੁਝ ਚੱਲ ਰਿਹਾ ਹੈ ਇਹਦੇ ਵਿੱਚ ਸਾਡਾ ਲਾਸ ਸਿਰਫ ਇਹ ਹੋਇਆ ਕਿ ਇੱਕ ਤਾਂ ਪੰਜਾਬ ਦੀ ਇੱਜ਼ਤ ਬੰਦ ਸੀ ਸੀ ਉਹ ਥੋੜਾ ਜਿਹਾ ਤਾਂ ਵੱਧ ਗਿਆ ਕਿਤੇ ਨਾ ਕਿਤੇ ਜੇ ਆਪਣਾ ਕੋਈ ਜਾ ਗਲਤੀ ਕਰ ਜਾਈਏ ਤਾਂ ਥੋੜਾ ਜਿਹਾ ਹੋਵੇ ਨਾ ਹੋਵੇ ਪਰ ਤਾਂ ਪੈਂਦਾ ਹੀ ਹੈ ਦੂਜਾ ਸਾਡੇ ਉਹ ਅੰਦੋਲਨ ਨੂੰ ਵੀ ਨੁਕਸਾਨ ਹੋਇਆ ਨਹੀਂ ਪੰਜਾਬ ਜਿੱਤ ਕੇ ਆਉਂਦਾ ਅਰੇ ਇਸ ਅੰਦੋਲਨ ਦਾ ਸਿਰ ਮੈਂ ਇੱਕ ਵਾਰ ਵਿੱਚ ਕਹਾਂਗਾ ਇਸ ਅੰਦੋਲਨ ਦਾ ਸਿਰ ਹੈ ਪੰਜਾਬ ਦੇ ਉੱਤੇ ਲੱਗ ਰਿਹਾ ਸੀ ਮੈਂ ਇਹ ਕਹਿਣ ਕਰਦਾ ਜਿਹੜੀ ਤਾਜ਼ਾ ਗ੍ਰਿਫਤਾਰੀ ਵੀ ਹੋਈ ਆ ਅਸਲ ਉਹ ਜਿਹੜਾ ਹਰਿਆਣਾ ਤੇ ਆਪਣਾ ਗਰੇਟਾ ਦਾ ਮੈਸੇਜ ਸੀਗੇ ਟਵਿੱਟਰ ਸੀਗੇ ਲੱਗਦਾ ਕਿ ਉਹ ਧਿਆਨ ਹਟਾਣ ਲਈ ਟੈਕ ਦਾ ਬੜਾ ਮਤਲਬ ਕਰੀਏ ਕਰਤਾ ਸੀਗਾ ਤੇ ਉਸ ਤੋਂ ਧਿਆਨ ਹਟਾਉਣ ਲਈ ਅੱਜ ਇਹ ਨਵਾਂ ਟੈਕ ਕਰਿਆ ਠੀਕ ਨਾਲੇ ਦਰਸ਼ਕਾਂ ਨੂੰ ਇੱਕ ਹੋਰ ਜਾਣਕਾਰੀ ਦੇ ਦਈਏ ਬੜੀ ਇੰਟਰਸਟਿੰਗ ਜਾਣਕਾਰੀ ਇਹ ਹੈਗੀ ਆ ਕਿ ਇਹ ਤਾਂ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਉੱਥੇ ਤਿਰੰਗਾ ਝੰਡੇ ਦਾ ਕੋਈ ਅਪਮਾਨ ਨਹੀਂ ਹੋਇਆ ਉਤਾਰਿਆ ਨਹੀਂ ਗਿਆ ਸਾੜਿਆ ਨਹੀਂ ਗਿਆ ਫਾੜਿਆ ਨਹੀਂ ਗਿਆ ਇਹ ਗੱਲ ਵੀ ਹੈ ਦੂਜੀ ਇੱਕ ਹੋਰ ਬੜੀ ਇੰਟਰਸਟਿੰਗ ਗੱਲ ਹੈ ਦਿੱਲੀ ਫਤਿਹ ਦਿਵਸ ਹਰ ਸਾਲ ਉੱਥੇ ਮਨਾਇਆ ਜਾਂਦਾ ਹੈ ਦਿੱਲੀ ਸਿੰਘ ਗੁਰਦਾਰਾ ਪ੍ਰਬੰਧਕ ਕਮੇਟੀ ਮਨਾਉਂਦੀ ਹੈ ਸਰਕਾਰ ਦੀ ਅਪਰੂਵਲ ਹੁੰ ਉਸੇ ਲਾਲ ਕਿਲੇ ਦੇ ਉੱਤੇ ਨਿਸ਼ਾਨ ਸਾਹਿਬ ਇੱਥੇ ਤਾਂ ਇੱਕ ਨਾ ਕਈ ਹਜ਼ਾਰ ਨਿਸ਼ਾਨ ਸਾਹਿਬ ਉੱਥੇ ਝੂਲਦੇ ਨੇ ਤਿੰਨ ਦਿਨ ਸਮਾਗਮ ਚੱਲਦੇ ਨੇ ਦਿੱਲੀ ਫਤਿਹ ਮਾਰਚ ਕੱਢਿਆ ਜਾਂਦਾ ਦਿਵਸ ਦੇ ਨਾਲ-ਨਾਲ ਮਾਰਚ ਕੱਢਿਆ ਜਾਂਦਾ ਜਿਹੜਾ ਪੁਰਾਣੀ ਦਿੱਲੀ ਤੋਂ ਸ਼ੁਰੂ ਹੋ ਕੇ ਇੱਥੇ ਤੱਕ ਆਂਦਾ ਹੈ ਨਿਹੰਗ ਸਿੰਘ ਜੱਥੇਬੰਦੀਆਂ ਦੇ ਜੰਗੀ ਕਰਤੱਵ ਦਿਖਾਏ ਜਾਂਦੇ ਨੇ ਇੱਥੇ ਘੋੜਿਆਂ ਦੀ ਗੱਲ ਹੋ ਰਹੀ ਸੀ ਟਰੈਕਟਰਾਂ ਦੀ ਗੱਲ ਉੱਥੇ ਹਾਥੀ ਊਂਟ ਲੈ ਕੇ ਜਾਏ ਜਾਂਦੇ ਨੇ ਤਾਂ ਤਾਂ ਕੋਈ ਵਾਅਬ ਰੋਲਾ ਨਹੀਂ ਪੈਂਦਾ ਅੱਜ ਇਹਨਾਂ ਵਾਅਬ ਰੋਲਾ ਖੜਾ ਕਿਉਂ ਕੀਤਾ ਜਾ ਰਿਹਾ ਏਕ ਵੱਡਾ ਸਵਾਲ ਜ਼ਰੂਰ ਖੜਾ ਹੁੰਦਾ ਏ ਇਸ ਲਈ ਸਰਕਾਰ ਤੋ ਸਮਝਣਾ ਚਾਹਨਾ ਇੱਕ ਪੈਨਲ ਗਠਿਤ ਕਰ ਦਿੱਤਾ ਗਿਆ ਹਰ ਕੋਈ ਆਪੋ ਆਪਣੇ ਤਰੀਕੇ ਨਾਲ ਉਹਨਾਂ ਨੌਜਵਾਨਾਂ ਨੂੰ ਛਡਾਉਣ ਦੀ ਕੋਸ਼ਿਸ਼ ਕਰ ਰਿਹਾ ਕੁਝ ਪੋਲੀਟੀਕਲ ਪਾਰਟੀਆਂ ਨੇ ਆਪਣਾ ਪੈਨਲ ਗਠਿਤ ਕੀਤਾ ਦਿੱਲੀ ਸੀਗੁਰਦਾਰਾ ਪ੍ਰਬੰਧਕ ਕਮੇਟੀ ਆਪਣਾ ਕਰ ਰਹੀ ਹੈ ਕਿਸਾਨ ਜਥੇਬੰਦੀਆਂ ਨੇ ਆਪਣਾ ਕੀਤਾ ਕਿਸਾਨ ਜਥੇਬੰਦੀਆਂ ਨੇ ਇਹ ਇਹ ਸਾਫ ਕਰ ਦਿੱਤਾ ਕਿ ਸਿਰਫ ਅਸੀਂ ਉਹਨਾਂ ਦੇ ਕੇਸ ਲੜਾਂਗੇ ਜਿਹੜੇ ਗਲਤ ਫਹਮੀ ਦਾ ਸ਼ਿਕਾਰ ਹੋ ਗਏ ਜਾਂ ਜ਼ਬਰਦਸਤ ਚੁੱਕਿਆ ਗਏ ਜਿਨ੍ਹਾਂ ਨੂੰ ਉਹਨਾਂ ਦੀ ਜਿੰਨਾਂ ਦੀ ਟੈਂਸ਼ਨ ਇਹ ਸੀਗੀ ਕਿ ਜਾ ਕੇ ਉਹ ਲਾਲਕਨੇ ਦੇ ਵਿੱਚ ਇਹ ਕਰਨਾ ਉਹਨਾਂ ਦੇ ਕੇਸ ਅਸੀਂ ਨਹੀਂ ਲੜਾਂਗੇ ਇਹ ਕਿਸਾਨ ਜਥੇਬੰਦੀ ਨੇ ਕੱਲ ਇਸੇ ਪੈਨਲ ਤੇ ਸਾਫ਼ ਵੀ ਕੀਤਾ ਔਰ ਇੱਕ ਹੋਰ ਗੱਲ ਦਰਸ਼ਕਾਂ ਲਈ ਵੀ ਦੱਸ ਦਈਏ ਅੱਜ ਕਿਸੇ ਵੀ ਕਿਸਾਨ ਜਥੇਬੰਦੀ ਨੇ ਬੜੀ ਅਸੀਂ ਕੋਸ਼ਿਸ਼ ਕੀਤੀ ਕਿ ਇਸ ਤੇ ਕੁਝ ਬੋਲਿਆ ਜਾਵੇ ਕਿਸਾਨ ਜਥੇਬੰਦੀਆਂ ਨੇ ਪੂਰੀ ਤਰ੍ਹਾਂ ਚੁੱਪੀ ਧਾਰ ਲਈ ਹੈ ਇਸ ਮਸਲੇ ਤੇ ਕੁਝ ਵੀ ਬੋਲਣ ਤੋਂ ਦੀਪ ਸਿੱਧੂ ਤੇ ਮਸਲੇ ਤੇ ਕੋਈ ਵੀ ਕਿਸਾਨ ਜਥੇਬੰਦੀ ਜਾਂ ਕੋਈ ਵੀ ਆਗੂ ਕੁਝ ਬੋਲਣ ਲਈ ਤਿਆਰ ਨਹੀਂ ਹੈ ਬੰਗੜੀ ਸਾਹਿਬ ਹੁਣ ਅਦਾਲਤਾਂ ਦੇ ਵਿੱਚ ਜਦੋਂ ਇਹ ਕੇਸਸ ਜਾਣਗੇ ਗਰੀਬ ਘਰਾਂ ਦੇ ਬੱਚੇ ਨੇ 22 ਸਾਲ ਦੇ ਬੱਚੇ ਨੇ ਤਾਂ ਤੁਹਾਨੂੰ ਕੀ ਲੱਗਦਾ ਕਿ ਕਿੰਨੀਆਂ ਕੋ ਮੁਸ਼ਕਲਾਂ ਆਣਗੀਆਂ ਤੁਸੀਂ ਜਿਸ ਤਰ੍ਹਾਂ ਜਿਸ ਤਰੀਕੇ ਨਾਲ ਦਾਵਾ ਕਰ ਰਹੇ ਹੋ ਇਹ ਸਾਡੇ ਐਵੀਡੈਂਸ ਵੀ ਨੇ ਵੀਡੀਓ ਐਵੀਡੈਂਸ ਵੀ ਉੱਥੇ ਮੌਜੂਦ ਨੇ ਕੀ ਤੁਹਾਨੂੰ ਲੱਗਦਾ ਹੈ ਕਿ ਮੁਸ਼ਕਲ ਆਏਗੀ ਜਾਂ ਸੌਖੇ ਤਰੀਕੇ ਨਾਲ ਇਹ ਮੁੰਡੇ ਛੁੱਟ ਜਾ ਸਕਦੇ ਨੇ ਦੇਖੋ ਕੁਐਸਚਨ ਇਹ ਹੈ ਵੀ ਜਿਹੜਾ ਐਵੀਡੈਂਸ ਕਲੈਕਟ ਕਰਨਾ ਆਫਟਰ ਰਜਿਸਟ੍ਰੇਸ਼ਨ ਆਫ ਦੀ ਐਫ ਆਈ ਆਰ ਇਟ ਇਜ਼ ਬਾਏ ਦੀ ਇਨਵੈਸਟੀਗੇਸ਼ਨ ਏਜੰਸੀ ਹਮ 1 ਵਾਟ ਐਵਰ ਵੀ ਹੈਵ ਸੀਨ ਜਿਹੜਾ ਅਸੀਂ ਮਤਲਬ ਵੀਡੀਓ ਦੇ ਵਿੱਚ ਦੇਖਿਆ ਵੀਡੀਓ ਕਲਿੱਪਸ ਦੇ ਵਿੱਚ ਹੋ ਗਿਆ ਜੇ ਮਤਲਬ ਉਹ ਡੈਡਲੀ ਵੈਪਨ ਦੀ ਗੱਲ ਕਰਦੇ ਆ ਉਹ ਵੈਪਨ ਕਿਹੜੇ ਸੀਗੇ ਡੰਡਾ ਵੈਪਨ ਚ ਇਨਕਲੂਡ ਹੋਊਗਾ ਡੈਡਲੀ ਵੈਪਨ ਦੇ ਵਿੱਚ ਤੁਸੀਂ ਰੋਇਟਿੰਗ ਕਹਿੰਦੇ ਆ ਰੋਇਟਿੰਗ ਵਿਦ ਡੈਡਲੀ ਵੈਪਨ ਕਰਦੇ ਹੋ ਤੁਸੀਂ ਡਕੁਆਰਟੀ ਦੀ ਗੱਲ ਕੀਤੀ ਹੈ ਡਕੁਆਰਟੀ ਤੋਂ ਬਾਅਦ ਥੈਫ ਤੋਂ ਬਾਅਦ ਆਉਂਦਾ ਰੋਬਰੀ ਹੂੰ ਬਿਗੜੀ ਹੋਈ ਫਾਰਮ ਹੈ ਚੋਰੀ ਦੀ ਉਸ ਤੋਂ ਬਾਅਦ ਡਕੁਆਰਟੀ ਜੇ ਪੰਦ ਤੋਂ ਜ਼ਿਆਦਾ ਬੰਦੇ ਕਰਦੇ ਆ ਡਾਕਾ ਪੈ ਗਿਆ ਮੈਨੂੰ ਇੱਕ ਇਨਸਟੈਂਸ ਦੱਸ ਦੇਣ ਕਿ ਕਿਸੇ ਉੱਥੇ ਲੋਕਲ ਰੈਜ਼ਿਡੈਂਸ ਦੀ ਕਿਸੇ ਦੀ ਇਹਨਾਂ ਨੇ ਲੁੱਟਖੋ ਕੀਤੀ ਹੋਵੇ ਕਿਸੇ ਨੂੰ ਲੁੱਟਿਆ ਹੋਵੇ ਕਿਸੇ ਦੀ ਪ੍ਰਾਪਰਟੀ ਨੂੰ ਡੈਮੇਜ ਕੀਤਾ ਹੋਵੇ ਇਹ ਸਾਰਾ ਕਨਸਿਡਰ ਔਰ ਵਾਚਨ ਦਾ ਮਤਲਬ ਵਿਸ਼ਾ ਹੈ ਔਰ ਮੈਂ ਹੋਪ ਕਰਦਾ ਵੀ ਕੋਰਟ ਔਨਰੇਬਲ ਕੋਰਟ ਇਹਨੂੰ ਪੂਰਾ ਡਿਟੇਲ ਦੇ ਵਿੱਚ ਕਰਕੇ ਮੈਨੂੰ ਨਹੀਂ ਲੱਗਦਾ ਕੋਈ ਦਿੱਕਤ ਬਾਹਰ ਆਣੀ ਆਣੀ ਚਾਹੀਦੀ ਜਿਵੇਂ ਇੱਕ ਮੈਂ ਜਸਟ ਆਈ ਹੈਵ ਹਰਡ ਫਰੋਮ ਵਨ ਆਫ ਦੀ ਐਂਕਰ ਕਿ ਅ ਅਲਾਹਾਬਾਦ ਕੋਰਟ ਨੇ ਕੋਈ ਆਰਡਰ ਕੀਤਾ ਜਿੱਥੇ ਕੀਤਾ ਜਿੱਥੇ ਇਹ ਸਾਰੇ ਜਿਹੜੇ ਨੇ ਮੈਨੂੰ ਆਈ ਹੋਪ ਮੈਂ ਜਿਹੇ ਪੈਨਲ ਪ੍ਰੋਵਾਈਡ ਕੀਤਾ ਜਾਂ ਆਈ ਅਪਰੀਸ਼ੀਏਟ ਆਲ ਦੋਸ ਬਾਡੀਜ਼ ਜਿਹੜੇ ਹੈਲਪ ਕਰ ਰਹੇ ਆ ਜਿੰਨੇ ਵੀ ਹੈਲਪ ਕਰ ਵੀ ਸ਼ੁੱਡ ਜੁਨਾਈਟ ਟੁਗੇਦਰ ਇਰ ਰੈਲੇਵੈਂਟ ਕਿਹ ਕਿਹਨੂੰ ਪਤਾ ਸੀ ਵੀ ਪਹਿਲਾ ਟਰੈਕਟਰ ਕਿੱਥੇ ਜਾ ਰਿਹਾ ਹੋ ਸਕਦਾ 2-4 ਮਿਸਕਰੀਆਂ ਹੋਣ ਜਾਂ ਉਹ ਜੋਸ਼ ਚ ਆ ਕੇ ਗਏ ਨੇ ਜਾਂ ਉਹ ਕਿਸੇ ਦੇ ਬਗਰ ਲਾਏ ਹੋਏ ਗਏ ਨੇ ਜਿਹੜੇ ਉਹਦੇ ਚ ਮੈਕਸਿਮਮ ਲੋਕ ਸੀ ਉਹ ਇਨੋਸੈਂਟ ਲੋਕ ਨੇ ਉਹਨਾਂ ਦਾ ਮੋਟਿਵ ਇੱਕ ਸੀ ਇਹ ਕਾਲੇ ਕਾਨੂੰਨ ਜਿਹੜੇ ਨੇ ਉਹ ਵਾਪਸ ਹੋਣੇ ਚਾਹੀਦੇ ਉਹਨਾਂ ਦੇ ਪ੍ਰੋਟੈਸਟ ਵਿੱਚ ਪੀਸਫੁਲ ਪ੍ਰੋਟੈਸਟ ਕਰਦੇ ਹੋਏ ਲੋਕੀ ਗਏ ਨੇ ਸੋ ਜੇ ਦਿੱਲੀ ਤੋਂ ਜੀਪੀਆਰਸ ਲਾਣ ਤੋਂ ਬਿਨਾ ਤੁਸੀਂ ਜਾ ਹੀ ਨਹੀਂ ਸਕਦੇ ਇਹ ਜਿਹੜੇ ਲੋਕ ਜਿਹੜੇ ਪਹਿਲੀ ਵਾਰ ਹੀ ਗਏ ਲਾਲ ਕਿਲੇ ਕਿਵੇਂ ਪਹੁੰਚ ਗਏ ਥੈਟ ਇਜ਼ ਅ ਵੈਰੀ ਕੁਐਸਟ ਇਟ ਇਜ਼ ਲਾਲ ਕਿਲਾ ਕਿਤੇ ਇਹ ਆ ਵੀ ਐਂਟਰੀ ਤੇ ਰੈਲੀ ਤੋਂ ਹਨ ਉਹ ਕਾਹਨ ਡੈਂਟੀਫਾਈ ਉਹ ਅਗਰ ਰਾਤ ਨੂੰ ਕਿਹਾ ਇੱਕ ਹੋਰ ਆਈ ਵਿਲ ਕੁਐਸਚਨਿੰਗ ਦੀ ਡਿਗਨਿਟੀ ਆਫ ਦਿੱਲੀ ਪੁਲਿਸ ਜਦੋਂ ਤੁਸੀਂ 26 ਤੇ 25 ਤਰੀਕ ਦੀ ਸ਼ਾਮ ਤੱਕ ਉਹੀ ਗੱਲਾਂ ਚੱਲਣ ਲੱਗੀਆਂ ਉਹੀ ਸਾਰਾ ਕੁਝ ਹੈ ਮੀਟਿੰਗਾਂ ਕਰ ਰਹੇ ਹੋ ਤੁਸੀਂ ਰਾਤੀ ਟਾਈਮ ਦੇ ਰਹੇ ਹੋ ਰੂਟ ਦੇ ਰਹੇ ਹੋ ਜਿਹੜਾ ਰੂਟ ਦੇ ਰਹੇ ਹੋ ਤੁਸੀਂ ਉਹਦੇ ਤੇ ਵੀ ਬੈਰੀਕੇਡ ਲਾਏ ਹੋਇਆ ਇੰਟੈਂਸ਼ਨ ਕੀ ਹੈ ਕਿ ਪੂਰਾ ਇਹ ਪੂਰਾ ਵਰਡ ਦਾ ਦੇ ਵਿੱਚ ਇਹ ਇਸ਼ੂ ਹਾਈਲਾਈਟ ਨਾ ਹੋ ਜੇ ਬਟ ਉਹ ਇੰਟੈਂਸ਼ਨ ਭੁੱਲ ਜਾਣ ਮੈਂ ਪਹਿਲਾਂ ਵੀ ਕਿਹਾ ਸੀ ਇਹ ਜਿਹੜਾ ਸੰਘਰਸ਼ ਆ ਇਹ ਵਰਲਡਵਾਈਡ ਫੈਲ ਚੁੱਕਿਆ ਹੈ ਔਰ ਇਹ ਸਕਸੈਸਫੁਲ ਹੋ ਚੁੱਕਿਆ ਹੈ ਗਵਰਨਮੈਂਟ ਜੋ ਮਰਜੀ ਕਹੀ ਜਾਵੇ ਗਵਰਨਮੈਂਟ ਬੈਕਫੂਟਿੰਗ ਤੇ ਆ ਕੁਸ਼ਕ ਮੀਡੀਆ ਵਾਲਿਆਂ ਨੂੰ ਜਿਵੇਂ ਕਿ ਉਹ ਆਫਰਡ ਤੇ ਸਪான்ਸਰਡ ਵੱਡੇ ਘਰਾਨਿਆਂ ਦੇ ਨੇ ਉਹਨਾਂ ਨੂੰ ਲੈ ਕੇ ਪਬਲਿਕ ਦੀ ਇੰਟੈਂਸ਼ਨ ਗਲਤ ਸਾਈਡ ਤੇ ਲਾਉਣ ਵਾਸਤੇ ਕੰਮ ਜਿਹੜਾ ਧਰਮ ਦੇ ਨਾਂ ਤੇ ਰਾਜਨੀਤੀ ਹੋ ਰਹੀ ਹੈ ਜਿਹੜਾ ਬੈਡ ਲੱਕ ਆ ਐਂਡ ਦੀ ਬਲੈਕ ਡੇ ਫਾਰ ਆਰ ਡੈਮੋਕ੍ਰੇਸੀ ਵਿਚ ਇਜ਼ ਵਿਚ ਇਜ਼ ਹੇਅਰ ਸੇ ਔਰ ਮ ਹੇਅਰ ਸੇ ਸੈਟ ਟੂ ਵਿਦ ਦੀ ਲਾਰਜੈਸਟ ਡੈਮੋਕ੍ਰੇਸੀ ਇਨ ਇਨ ਦੀ ਵਰਲਡ ਬਟ ਬਟ ਸਾਰੇ ਲੋਕ ਜਦੋਂ ਕਮੈਂਟ ਕਰ ਰਹੇ ਨੇ ਇੰਟਰਨੈਸ਼ਨਲੀ ਯੂ ਵਰ ਜੋਅ ਟਾਰਗੇਟ ਵਾਸ ਟੂ ਟਾਰਗੇਟ ਦੀ ਮਿਨোরਿਟੀ ਚਾਹੇ ਉਹ 2019 ਦੇ ਵਿੱਚ ਖੱਟੜ ਗਵਰਨਮੈਂਟ ਨੇ ਪੰਜ ਕਕਾਰ ਐਚਪੀਐਸਸੀ ਦੇ ਐਗਜ਼ਾਮ ਵਿੱਚ ਬੈਨ ਕਰਕੇ ਆਪਣੀ ਇੰਟੈਂਸ਼ਨ ਪ੍ਰੈਕਟੀਕਲੀ ਦਿਖਾਈ ਸੀ ਉਹ ਮੈਂ ਇੱਕ ਦਿਨ ਦੇ ਵਿੱਚ ਇਹ ਸਪੈਸ਼ਲ ਜਿਹੜੀ ਕੋਰਟ ਸੀ ਉਹ ਤੋਂ ਕਨਸਟੀਟਿਊਟ ਕਰਕੇ ਸੈਚਰਡੇ ਵਾਲੇ ਦਿਨ ਰਾਤੀ ਕੋਰਟ ਮੈਂ ਰਿਕਵੈਸਟ ਕਰਕੇ ਲਗਾਈ ਸੀ ਔਰ ਉਹ ਰਾਤ ਨੂੰ ਇਹ ਕੋਰਟ ਨੇ ਉਹ ਕੋੜਿਆ ਸੀ ਵੀ ਜਿੱਥੇ ਇਹਨਾਂ ਨੇ ਕਿਹਾ ਸੀ ਕਿਰਪਾਨ ਤੇ ਕੜੇ ਵਾਲਾ ਲੈ ਕੇ ਨਹੀਂ ਜਾ ਸਕਦੇ ਇਹ ਤਾਂ ਇਹ ਤੇ ਐਵੀਡੈਂਟਰੀ ਵੈਲਿਊ ਹੈ ਇਹ ਕਿਹੜਾ ਕੋਈ ਮਤਲਬ ਹੀਅਰ ਸੇ ਨਹੀਂ ਬਈ ਇੱਕ ਮਿੰਟ ਪ੍ਰੋਫੈਸਰ ਵਿਨਾਸ਼ ਪ੍ਰੋਫੈਸਰ ਵਿਨਾਸ਼ ਇੱਕ ਗੱਲ ਹੋਰ ਮੈਂ ਤੁਹਾਡੇ ਤੋਂ ਜਾਨਣਾ ਚਾਹੁੰਦਾ ਅੱਜ ਬੜੇ ਸਿਆਸੀ ਮਾਰਾਂ ਦੀ ਇੱਕ ਚਰਚਾ ਇਹ ਵੀ ਚੱਲ ਰਹੀ ਹੈ ਕਿ ਅੱਜ ਭਾਜਪਾ ਇਹ ਘੱਟੋ ਘੱਟ ਕਹਿਣ ਜੋਗੀ ਹੋਗੀ ਜੇ ਦੀਪ ਸਿੱਧੂ ਸਾਡਾ ਬੰਦਾ ਹੁੰਦਾ ਤੇ ਆਜ਼ਾਦ ਰਹਿੰਦਾ ਆ ਵੇਖੋ ਅਸੀਂ ਫੜ ਵੀ ਲਿਆ 7 ਦਿਨ ਦਾ ਪੁਲਿਸ ਰਿਮਾਂਡ ਵੀ ਲੈ ਲਿਆ ਅਸੀਂ ਧਰਾਵਾਂ ਵੀ ਲਾਤੀਆਂ ਦੇਸ਼ ਧਰੋਹੀ ਧਾਰਾ ਵੀ ਲਾਤੀ ਜੇ ਇਹ ਸਰਕਾਰ ਦਾ ਬੰਦਾ ਹੁੰਦਾ ਸਰਕਾਰ ਦਾ ਪਲਾਂਟ ਕੀਤਾ ਬੰਦਾ ਹੁੰਦਾ ਤਾਂ ਕਿ ਇੰਨੀਆਂ ਸਖਤ ਧਰਾਵਾਂ ਲਾਈਆਂ ਜਾਂਦੀਆਂ 7 ਦਿਨ ਦਾ ਪੁਲਿਸ ਰਿਮਾਂਡ ਮਿਲਦਾ ਇਹ ਇਹ ਸਾਰੀਆਂ ਗੱਲਾਂ ਕਿੱਥੇ ਸਟੈਂਡ ਕਰਦੀਆਂ ਹਨ ਮੈਂ ਤਾਂ ਕਹਾਂਗਾ ਵੀ 14 ਦਿਨ ਦਾ ਪੁਲਿਸ ਰਿਮਾਂਡ ਕਿਉਂ ਨਹੀਂ ਹੋਇਆ ਇੱਕ ਦੂਸਰੇ ਪਾਸੇ ਤੁਹਾਨੂੰ ਐਨੇ ਦਿਨ ਕਿਉਂ ਲੱਗੇ ਤੀਸਰੀ ਚੀਜ਼ ਤੁਸੀਂ ਕਿਤੇ ਕਿਹਾ ਸੀ ਅਰਲੀ ਜੀ ਕਿ ਕਿਸੇ ਕਿਸਾਨ ਜਥੇਬੰਦੀ ਨੇ ਅੱਜ ਕੋਈ ਕੋਈ ਕਮੈਂਟ ਨਹੀਂ ਕੀਤਾ ਮੈਂ ਗਾਜ਼ੀਪੁਰ ਦੀ ਤੁਹਾਨੂੰ ਖਬਰ ਦੇ ਦਿੰਦਾ ਜੀ ਗਾਜ਼ੀਪੁਰ ਵਾਲਿਆਂ ਨੇ ਸਾਰਿਆਂ ਨੇ ਇੱਕ ਸੁੱਖ ਦਾ ਸਾਹ ਲਿੱਤਾ ਵੀ ਸ਼ੁਕਰ ਹੈ ਪਕੜਿਆ ਗਿਆ ਹੁਣ ਤੁਸੀਂ ਜਿੰਨੀਆਂ ਮਰਜ਼ੀ ਧਰਾਵਾਂ ਲਗਾ ਲਓ ਮੈਂ ਅੱਜ ਤੋਂ 6 ਮਹੀਨੇ ਬਾਅਦ ਤੁਸੀਂ ਤੇ ਮੈਂ ਗੱਲ ਕਰ ਲੈਣਾ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿੰਨਾ ਕੁ ਸਰਕਾਰੀ ਸੀ ਤੇ ਕਿੰਨਾ ਕੁ ਪ੍ਰਾਈਵੇਟ ਸੀ ਜਿਹੜਾ 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 ਐਮਪੀ ਸਾਡਾ ਗੁਰਦਾਸਪੁਰ ਦਾ ਹੈ ਜੀ ਜੀ ਉਹਦੇ ਐਗਜ਼ੈਕਟ ਵਰਡ ਕਹਾਂਗਾ ਜੀ ਹਾਂ ਲੋਕੀ ਕਹਿੰਦੇ ਉਨੇ ਕਿਹਾ ਮੇਰਾ ਛੋਟਾ ਭਰਾ ਹੈ ਤੇ ਮੈਂ ਤਾਂ ਦਿੱਲੀ ਹੁੰਨਾ ਮੈਂ ਤਾਂ ਗੁੰਬਈ ਹੁੰਨਾ ਤੇ ਮੇਰੀ ਐਬਸੈਂਸ ਦੇ ਵਿੱਚ ਗੁਰਦਾਸਪੁਰ ਚ ਐਮਪੀ ਇਹੀ ਹੈ ਤੇ ਮੈਂ ਚੰਡੀਗੜ੍ਹ ਇਹਦੇ ਨਹੀਂ ਇੱਕ ਆਫਿਸ ਖੋਲ ਕੇ ਰੱਖ ਰਹੇ ਹਾਂ ਪਰ ਪ੍ਰੋਫੈਸਰ ਸਾਹਿਬ ਥੋੜੀ ਦੇਰ ਬਾਅਦ ਉਹਨਾਂ ਨੇ ਕਹਿ ਵੀ ਦਿੱਤਾ ਸੀ ਨਾ ਕਿ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ ਇਹਦੇ ਨਾਲ ਵੀ ਇਲੈਕਸ਼ਨ ਕੈਂਪੇਨ ਦੇ ਵਿੱਚ ਮੇਰੇ ਨਾਲ ਸੀਗਾ ਉਸ ਤੋਂ ਬਾਅਦ ਮੇਰਾ ਕੋਈ ਲੈਣਾ ਦੇਣਾ ਨਹੀਂ ਇਹਦੇ ਨਾਲ और उस दिन सवेरे सात बजे या बजे लाल किले किस तरह पहुंच गया हरप्रीत जी बहुत सारे क्वेश्चन ने जिन्ह के आंसर नहीं आंसर सानू टाइम देगा बिल्कुल दे ठीक है ਠੀਕ ਹੈ ਮੇਰੇ ਕੋਲ ਸਮਾਂ ਘਟਾ ਗਰਕ ਸਾਹਿਬ ਮੈਂ ਆ ਗਿਆ ਤੁਹਾਡੇ ਕੋਲ ਆ ਗਿਆ ਜਲਦੀ ਇੱਕ ਤਾਂ ਰਾਤ ਨੂੰ ਜਦ ਇਹਨਾਂ ਨੇ ਸਟੇਜਾਂ ਕੈਪਚਰ ਕਰਨੇ ਉਦੋਂ ਪੁਲਿਸ ਕਿੱਥੇ ਗਈ ਸੀ ਸਾਰੇ ਅਨਾਉਂਸ ਕਰਿਆ ਗਿਆ ਇਹ ਮੈਂ ਇਸ ਨਹੀਂ ਜਾਂਦਾ ਪੰਜ ਕਕਾਰ ਨਾ ਕਕਾਰ ਸਿੱਖਾਂ ਦੀ ਮੰਗੀ ਨਹੀਂ ਸੀ ਇਹ ਇਹ ਸਿੱਖਾਂ ਦਾ ਅੰਦੋਲਨ ਨਹੀਂ ਸੀ ਇਹ ਪੰਜਾਬੀਆਂ ਦਾ ਅੰਦੋਲਨ ਨਹੀਂ ਸੀ ਪੰਜਾਬੀ ਲੀਡ ਜਰੂਰ ਕਰ ਰਹੇ ਸੀ ਠੀਕ ਹੈ ਇਹਦੇ ਵਿੱਚੋਂ ਸਾਰੇ ਸਿੱਖ ਵੀ ਜਾ ਰਹੇ ਸੀ ਹਿੰਦੂ ਵੀ ਜਾ ਰਹੇ ਸੀ ਇਹ ਅੰਦੋਲਨ ਤਿੰਨ ਬਿੱਲ ਵਾਪਸ ਕਰਾਉਣ ਦਾ ਸੀ ਉਸ ਦੇ ਵਿੱਚ ਵਿਆਜ ਬੀਜਾ ਦੇਖਾ ਪਾਇਆ ਸਾਰੀ ਜਨਕ ਪੱਤੀ ਕਹਿ ਕੇ ਆਪਦੇ ਆਪ ਨੂੰ ਭਲਾ ਮਾਨਸ ਦੱਸਿਆ ਜਾ ਰਿਹਾ ਜਿਹੜਾ ਤੁਸੀਂ ਕਹਿੰਦੇ ਹੋ ਵੀ ਦੋ ਡਿਵਾਈਡਡ ਨੇ ਮੈਂ ਡਿਫਰ ਕਰਦਾ ਇਸ ਤੇ ਕੋਈ ਡਿਵਾਈਡਡ ਨਹੀਂ ਹੈ ਕੁਝ ਬੰਦੇ ਫੇਸਬੁੱਕ ਹੀ ਪਹਿਲਵਾਨ ਨੇ ਵਟਸਐਪ ਤੇ ਦਿਖਨ ਵਾਲੇ ਨੇ ਘਰਾਂ 'ਚ ਬੈਠੇ ਨੇ ਐਂ ਤਾਂ ਉਹ ਗੁਰਪ੍ਰਤਮ ਸਿੰਘ ਪੰਨੂ ਵੀ ਬੈਠਾ ਉਹ ਕਹਿੰਦਾ ਮੈਂ 2.5 ਲੱਖ ਡਾਲਰ ਦਾ ਇਨਾਮ ਦੇਵਾਂਗਾ ਕਿਉਂਕਿ ਉਹਨੂੰ ਤਾਂ ਕੋਸਰਕ ਨਹੀਂ ਪੈਣਾ ਉੱਥੇ ਸੋ ਉਹ ਲੋਕ ਨੇ ਜਿਹੜੇ ਫੇਸਬੁੱਕ ਹੀ ਪਹਿਲਵਾਨ ਨੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ 'ਚ ਕਦੇ ਸਟਰਗਲ ਨਹੀਂ ਲੜਿਆ ਜਾ ਕੇ ਮੈਦਾਨੇ ਜੰਗ 'ਚ ਜਾਣ ਨਾ ਉੱਥੇ ਠੰਡ 'ਚ ਪਏ ਨੇ ਉਹ ਤੁਸੀਂ ਜਿਹੜੀਆਂ ਕਿਸਾਨ ਜੱਥੇਬੰਦੀਆਂ ਨੇ ਜਿਨ੍ਹਾਂ ਨੇ ਪੰਜਾਬ 'ਚ ਜਾਂ ਹਰਿਆਣੇ 'ਚ ਮੇਰੀ ਬੇਨਤੀ ਸੁਣ ਲਓ ਹਾਪਿੰਟਨ ਪੰਚਾਇਤਾਂ ਨੂੰ ਜਾ ਕੇ ਦੇਖਿਆ ਜਿਨ੍ਹਾਂ ਨੇ ਉੱਥੇ ਇਕੱਠ ਹੋਏ ਨੇ ਉਹਨੂੰ ਪਤਾ ਹੈ ਕਿ ਇੱਕ ਨਾ ਇਹ ਅੰਦੋਲਨ ਡਿਵਾਈਡ ਜਿਹੜਾ ਇਸ ਮਾਮਲੇ ਤੇ ਹਾਂ ਇਸ ਮਾਮਲੇ ਤੇ ਕਾਨੂੰਨ ਆਵਦੀ ਹੈ ਬਾਕੀ ਠੀਕ ਹੈ ਆਵਦਾ ਜੋ ਰਸਤਾ ਲਵੇ ਦੇਵੇ ਪਰ ਉਹ ਜਾਂ ਉਹਦੇ ਜੋ ਕੁਝ ਹੋਇਆ ਉਹ ਮਾੜਾ ਹੋਇਆ ਉਹ ਨਹੀਂ ਕਰਨਾ ਚਾਹੀਦਾ ਸੋ ਮਾੜਾ ਇਸ ਕਰਕੇ ਨਹੀਂ ਹੈ ਕਿਉਂਕਿ ਧਰਮ ਦੇ ਨਾਂ ਤੇ ਜਾਂ ਹੋਰ ਉਹ ਇਸ ਕਰਕੇ ਹੈ ਕਿ ਅੰਦੋਲਨ ਦੇ ਹਿੱਟ ਚ ਨਹੀਂ ਗਿਆ ਇੱਕ ਇੱਕ ਛੋਟਾ ਜਿਹਾ ਸਵਾਲ ਕਰਕੇ ਸਭ ਜਾਂਦੇ ਜਾਂਦੇ ਹੋਰ ਵੀ ਜਿਹੜੀ ਤੁਸੀਂ ਇਹ ਗੱਲ ਕਰ ਰਹੇ ਹੋ ਇਹਦੇ ਫਿਰ ਕਿਸਾਨ ਜਥੇਬੰਦੀਆਂ ਦੀ ਜ਼ਿੰਮੇਵਾਰੀ ਕਿੱਥੇ ਖੜੀ ਹੁੰਦੀ ਆ ਆਪਾਂ ਉਹਨਾਂ ਨੂੰ ਇਦਾਂ ਤਾਂ ਨਹੀਂ ਛੱਡ ਸਕਦੇ ਉਸੇ ਸਟੇਜ ਤੋਂ ਜਿਸ ਸਟੇਜ ਤੋਂ ਕਿਸਾਨ ਜਥੇਬੰਦੀਆਂ ਸੰਬੋਧਨ ਕਰਦੀਆਂ ਨੇ ਉਸੇ ਸਟੇਜ ਤੋਂ ਇਦਾਂ ਦਾ ਕੋਈ ਹੋਕਾ ਦਿੱਤਾ ਜਾਂਦਾ ਕਿ ਚਲੋ ਆਪਾਂ ਲਾਲ ਕਿਲੇ ਜਾ ਇੱਥੇ ਜ਼ਿੰਮੇਵਾਰੀ ਖਤਮ ਹੋ ਜਾਂਦੀ ਕਿ ਕਿਸਾਨ ਜਦੋਂ ਨਹੀਂ ਮੈਂ ਇਹਦਾ ਜਵਾਬ ਦਿੰਦਾ ਮੈਂ ਮੈਂ ਉਹਨੂੰ ਸਾਰੀ ਸਟੱਡੀ ਕਰਿਆ ਪੁੱਛਿਆ ਵੀ ਹੈ ਇਹ ਜਾਦੋ ਸਟੇਜ ਖਾਦੀ ਕਰ ਦਿੰਦੇ ਸੀ ਉੱਥੇ ਸਿਰਫ ਰਹਿਰਾਸਾ ਪਾਠ ਉਹ ਪਾਠ ਉਹ ਨਿਤ ਰਾਤ ਨੂੰ ਕੀਰਤਨ ਸੁਣੇਦਾ ਬੀਬੀਆਂ ਉੱਥੇ ਪੰਜ ਪਾਠ ਕਰਦੀਆਂ ਨੇ ਵਰਤ ਰੱਖਿਆ ਹੋਇਆ ਉਹ ਅਰਦਾਸ ਕਰਦੀਆਂ ਨੇ ਇਹਨਾਂ ਨੇ ਆ ਕੇ ਸਪੀਕਰ ਖੋੜਿਆ ਸਟੇਜ ਤੇ ਕਬਜ਼ਾ ਕਰਿਆ ਖਾਦੀ ਸਟੇਜ ਤੇ ਕਬਜ਼ਾ ਕਰਕੇ ਇਹਨਾਂ ਦਾ 1000 1.5 ਹਜ਼ਾਰ ਬੰਦਾ ਸੀ ਮੈਂ ਉਹ ਵੀਡੀਓ ਵੀ ਦੇਖਿਆ ਜੀ ਉਹਦੇ ਉੱਤੇ ਕਿਸਾਨ ਜਿੱਥੇ ਬੰਦੀਆਂ ਦਾ ਡੱਡੇਵਾਲ ਸਾਹਿਬ ਦਾ ਪੂਰਾ ਬਿਆਨ ਔਰ ਸੱਚ ਵੀ ਹੈ ਉਹ ਕਹਿੰਦੇ ਸਾਡਾ 20000 ਜਾਣ ਆ ਜਾਂਦਾ ਉਹ ਤਾਂ ਕਤਲੇ ਮੋਥੀ ਹੋ ਜਾਣਾ ਸੀ ਤੇ ਸਰਕਾਰ ਦੀ ਤਾਂ ਈਮ ਪੂਰਾ ਹੋ ਗਿਆ ਸੀ ਸੋ ਅਸੀਂ ਆਪਣੇ ਆਪ ਨੂੰ ਰੈਸਟ੍ਰੇਂਟ ਹੂੰ ਕਿ ਪੁਲਿਸੋਂ ਮੈਂ ਪ੍ਰੋਫੈਸਰ ਸਾਹਿਬ ਦੀ ਗੱਲ ਨਾਲ ਸਹਿਮਤਾਂ ਪੁਲਿਸ ਨੇ ਆਪ ਜਵਾਇਆ ਇਹਨਾਂ ਨੂੰ ਚਲ ਨਾਲੇ ਦੁੱਤੀ ਗੱਲ ਜੀ ਹਰਪ੍ਰੀਤ ਜੀ ਤੁਸੀਂ ਕਾਈਂਡਲੀ ਉਹ ਜਿਹੜਾ ਲਾਲ ਕਿਲੇ ਦੇ ਫਤਿਹ ਦਿਵਸ ਮਨਾਉਂਦੇ ਰਹੇ ਹੋ ਉੱਥੇ ਦਿਖਾਓ ਕਿੰਨੇ 10-10 ਨਿਸ਼ਾਨ ਲੱਗੇ ਹੁੰਦੇ ਸੀ ਤੇ ਥੱਲੇ ਰੂਲਿੰਗ ਪਾਰਟੀ ਦੇ ਬੰਦੇ ਵੀ ਬੈਠੇ ਹੁੰਦੇ ਸੀ ਜਦੋਂ ਅਕਾਲੀ ਦਲ ਤੇ ਉਹਨਾਂ ਦਾ ਲਾਇਨ ਬੜੀ ਸੀ ਇਹਨਾਂ ਨੇ ਯਾਦ ਕਰਾਤਾ ਮੈਂ ਕਿ ਨਾ ਪ੍ਰੈਮਿਸਰ ਸਾਹਿਬ ਆ ਬੈਠੇ ਸੀ ਪਾਰਟੀ ਦੇ ਸੀਨੀਅਰ ਲੀਡਰ ਉਸੇ ਫਤਿਹ ਦਿਵਸ ਦਾ ਹਿੱਸਾ ਬਣਦੇ ਰਹੇ ਤੇ ਤੁਸੀਂ ਪੀਟੀਸੀ ਲਾਈਵ ਕਰਦਾ ਰਿਹਾ ਜੀ ਸਾਡੀਆਂ ਮੈਂ ਲਗਾਤਾਰ ਜੱਤ ਕੇ ਦਿੱਲੀ ਫਤਿਹ ਦਿਵਸ ਚੱਲਦਾ ਰਿਹਾ ਮੈਂ ਖੁਦ ਕਵਰ ਕਰਦਾ ਰਿਹਾ ਸਾਰੀਆਂ ਚੀਜ਼ਾਂ ਤੁਸੀਂ ਕਰਨਾ ਨਹੀਂ ਪ੍ਰੈਮਿਸ ਬਹੁਤ ਬਹੁਤ ਧੰਨਵਾਦ ਇਸ तमाम ਜਾਣਕਾਰੀ ਦੇ ਲਈ ਆਪਣੇ ਵਿਚਾਰ ਦੇਣ ਦੇ ਲਈ ਮੁੱਖੀ ਗੱਲ ਇਹ ਹੈ ਕਿ ਜੋ ਹੋ ਗਿਆ ਸੋ ਹੋ ਗਿਆ ਸਾਰੇ ਕਹਿੰਦੇ ਨੇ ਕਿ ਇਹ ਜਦੋਂ ਇੱਕ ਵੱਡਾ ਸੰਘਰਸ਼ ਚੱਲ ਰਿਹਾ ਹੋਵੇ ਉਸ ਸੰਘਰਸ਼ ਨੂੰ ਤੋੜਨ ਦੇ ਲਈ ਉਸ ਸੰਘਰਸ਼ ਦੇ ਵਿੱਚ ਗਾਏ ਬਗਾਹੇ ਜਾਣੇ ਅਣਜਾਣੇ ਵੀ ਅਸੀਂ ਕਹਿ ਸਕਦੇ ਹਾਂ ਕਿ ਕੁਝ ਅਜਹਈਆਂ ਗੱਲਾਂ ਹੋ ਜਾਂਦੀਆਂ ਨੇ ਔਰ ਫੋਕਸ ਨਹੀਂ ਹਿਲਣਾ ਚਾਹੀਦਾ ਜਿਹੜਾ ਤੁਹਾਡਾ ਮੋਟਿਵ ਹੈ ਜਿਸ ਮੰਤਵ ਕਰਕੇ ਤੁਸੀਂ ਲੱਖਾਂ ਲੋਕ ਉੱਥੇ ਇਕੱਠੇ ਕੀਤੇ ਨੇ ਉਸ ਮੰਤਵ ਤੋਂ ਥਿੜਕਣਾ ਨਹੀਂ ਚਾਹੀਦਾ ਹਟਾਣਾ ਨਹੀਂ ਚਾਹੀਦਾ ਫੋਕਸ ਜ਼ਰੂਰ ਉੱਥੇ ਰਹਿਣਾ ਚਾਹੀਦਾ ਤਾਂ ਹੀ ਅਜਿਹੇ ਸੰਘਰਸ਼ ਕਾਮਯਾਬ ਹੋ ਪਾਉਂਦੇ ਨੇ ਦੇਸ਼ ਤੋਂ ਇਹਦੀ ਬਾਕੀ ਖਬਰਾਂ ਲਈ ਬਣੇਰੋ ਪੀਟੀਸੀ ਨਿਊਜ਼ ਨਾਲ ਧੰਨਵਾਦ presented by KEI wires and cables har tension sahi chalti rahe